ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜਿੱਥੋਂ ਮੁੱਕਦੀ ਮਜਨੂਆਂ ਰਾਂਝਿਆਂ ਦੀ ਉਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ ਸਾਡੇ ਲੜਦਿਆਂ ਸੀਸ ਲੈ ਗਏ ਐ ਪਰ ਜਿਸਮ ਚੋਂ ਗਈ ਨਾ ਜਾਨ ਸਾਡੀ ਹਾਂ ਤਰਦੇ ਰਹੇ ਨੇ ਲੋਕ ਚਨਾ ਅੰਦਰ ਅਸੀਂ ਲਹੂ ਵਿੱਚ ਲਾਈਆਂ ਤਾਰੀਆਂ ਨੇ ਸਾਡੇ ਸਿਦਕ ਨੂੰ ਪਰਖ ਆਰੰਭੀਆਂ ਨੇ ਸਾਡੇ ਪਿਆਰ ਨੂੰ ਪਰਖਿਆ ਆ ਰਿਆ ਨੇ ਸਾਡੇ ਪਿਆਰ ਨੂੰ ਪਰਖਿਆ ਆ ਰਿਆ ਨੇ ਉਹਨਾਂ ਲੋਕਾਂ ਦੀ ਮੰਜ਼ਿਲ ਦਾ ਰਾਹ ਸਿੱਧਾ ਤੇ ਵੱਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ ਉਹ ਕੌਮ ਸਦਾ ਪੂੰਜੀਦਾਰ ਜ਼ਿੰਦਗੀ ਦੀ ਤੇ ਜਿਸ ਦੇ ਕੋਲ ਸਰਮਾਇਆ ਸ਼ਹੀਦੀਆਂ ਦਾ ਉਹ ਮਿਲਦੇ ਮੌਤ ਨੂੰ ਗਲੀ ਜੋ ਹਾਰ ਪਾ ਕੇ ਮਿਲਦੇ ਮੌਤ ਨੂੰ ਗਲੀ ਜੋ ਹਾਰ ਪਾ ਕੇ ਮੈਂ ਜੀਵਨ ਵਿੱਚ ਨਾ ਉਹਨਾਂ ਦੇ ਹਾਰ ਵੇਖੀ ਚੋਲੀ ਜੀ ਦੀ ਸ਼ਹੀਦਾਂ ਦੇ ਫੁੱਲ ਬਹੁਤੇ ਉਹਨਾਂ ਕੌਮਾਂ ਦੇ ਬਾਗੀ ਬਹਾਰ ਵੇਖੀ ਉਹਨਾਂ ਕੌਮਾਂ ਦੇ ਬਾਗੀ ਬਹਾਰ ਵੇਖੀ ਗੱਲਾਂ ਸੋਹਣੇ ਆ ਗਿਆ ਸਿੰਘਾਂ ਨੂੰ ਜੋਸ਼ ਜੀ ਗਈਆਂ ਨਾ ਮੂਲ ਜਾਰੀਆਂ ਚਾਹੀਦਾ ਨੀ ਰਹਿਣਾ ਐ ਸਾਨੂੰ ਖਮੋਸ਼ ਜੀ ਇਹ ਤਾਂ ਖਰੀਆਂ ਸੂਰਿਆਂ ਦੀ ਸਦਾ ਹੋਵੰਦੀ ਸਲੋਤ ਜੀ ਜਿਨ੍ਹਾਂ ਨੇ ਮੌਤ ਮੰਗੀ ਐ ਅਣਖ ਦਾ ਜਿਉਣਾ ਮਰਦਾਂ ਦੀ ਮੌਤ ਜੀ ਥੋੜੇ ਦਿਨ ਚੰਗੀ ਐ ਗੱਲਾਂ ਸੋਹਣੇ ਆ ਗਿਆ ਸਿੰਘਾਂ ਨੂੰ ਜੋਸ਼ ਜੀ ਗਈਆਂ ਨਾ ਮੂਲ ਜਾਰੀਆਂ ਚਾਹੀਦਾ ਨੀ ਰਹਿਣਾ ਆ ਸਾਨੂੰ ਖਮੋਸ਼ ਜੀ ਇਹ ਤਾਂ ਖਰੀਆਂ ਸੂਰਿਆਂ ਦੀ ਸਦਾ ਹੋਵੰਦੀ ਸਲੋਤ ਜੀ ਜਿਨ੍ਹਾਂ ਨੇ ਮੌਤ ਮੰਗੀ ਐ ਅਣਖ ਦਾ ਜਿਉਣਾ ਮਰਦਾਂ ਦੀ ਮੌਤ ਜੀ ਥੋੜੇ ਦਿਨ ਚੰਗੀ ਐ ਕਰਮੋਂ ਦੀ
ਬੋਲੀ ਵੱਜੀ ਸੀ ਨਾ ਚੀਰ ਜੀ ਲੱਗ ਗਈ ਦਰਾਣੀ ਨੋ ਬਾਬੇ ਬੁੱਢੇ ਵੱਲ ਖੱਤਤੀ ਵਹੀਰ ਜੀ ਪੜੇ ਗੁਰ ਬਾਣੀ ਨੋ ਗਈ ਨਾ ਜਹਾਨ ਵਿੱਚੋਂ ਗੰਗਾ ਔਤ ਜੀ ਉਹ ਦਾਤ ਮਿਲੀ ਮੰਗੀ ਐ ਅਣਖ ਦਾ ਜਿਉਣਾ ਮਰਦਾਂ ਦੀ ਮੌਤ ਜੀ ਅਣਖ ਦਾ ਜਿਉਣਾ ਮਰਦਾਂ ਦੀ ਮੌਤ ਜੀ ਥੋੜੇ ਦਿਨ ਚੰਗੀ ਐ ਦਿੱਲੀ ਦੀ ਸੰਗਤ ਸਾਖੀ ਸੋਣ ਇੱਟ ਦੀ ਚੰਦੂ ਦਾ ਸਾਕ ਮੋੜਿਆ ਮਿੱਟ ਜਾਣ ਫੱਟ ਤੇ ਨਾ ਬੋਲੀ ਮਿੱਟ ਦੀ ਕਿੰਨਾ ਵੀ ਜੋੜ ਜੋੜਿਆ ਤੇਰੀ ਇਸੇ ਗੱਲੋਂ ਵੱਧ ਗਈ ਓ ਇਸੇ ਗੱਲੋਂ ਵੱਧ ਗਈ ਗੁਰਾਨਾ ਦੌਤ ਜੀ ਸਰੀਰ ਸਹਿ ਗਿਆ ਤੰਗੀ ਐ ਅਣਖ ਦਾ ਜਿਉਣਾ ਮਰਦਾਂ ਦੀ ਮੌਤ ਜੀ ਥੋੜੇ ਦਿਨ ਚੰਗੀ ਐ ਦਸਮ ਪਿਤਾ ਗੁਰਾਂ ਦਾ ਸੀਸ ਵਾਰਿਆ ਹਿੰਦੁਸਤਾਨ ਬਦਲੇ ਮਾਤਾ ਦੇ ਸਮੇਤ ਸਾਹਿਬ ਜਾ ਦੇ ਵਾਰਿਆ ਸਿੱਖੀ ਦੀ ਸ਼ਾਨ ਬਦਲੇ ਹੰਦ ਦੀ ਚ ਜਾਣੋ ਬਹੁਤ ਜੀ ਉੱਚਣੇ ਦੋਪ ਚੰਗੀ ਐ ਅਣਖ ਦਾ ਜਿਉਣਾ ਮਰਦਾਂ ਦੀ ਮੌਤ ਜੀ ਥੋੜੇ ਦਿਨ ਚੰਗੀ ਐ ਬੋਲੀ ਮਾਰ ਸੁਖਾ ਸਿੰਘ ਖੂਹ ਚੋ ਕੱਢਿਆ ਲੱਗੀ ਵਾਂਗ ਬਣ ਦੇ ਬੀਕਾਨੇਰੋ ਆਣ ਜਿੰਨਾ ਮੱਸਾ ਵੱਡਿਆ ਹੈ ਤਮਾਮ ਜਾਣ ਦੇ ਅਣਖ ਦੇਵ ਦੀ ਤਰੋਤ ਜੀ ਤੇ ਬਣਾਉਂਦੀ ਟੰਗੀ ਐ ਅਣਖ ਦਾ ਜਿਉਣਾ ਮਰਦਾਂ ਦੀ ਮੌਤ ਜੀ ਥੋੜੇ ਦਿਨ ਚੰਗੀ ਐ ਸ਼ੇਰਾਂ ਦੇ ਨੀ ਪੁੱਤਰ ਚੁਕਾਇਆ ਝੁੱਕ ਦੇ ਪਾਉਂਦੇ ਰਹਿਣ ਜੱਲੀਆਂ ਗਿੱਦੜਾਂ ਨੀ ਸ਼ੇਰਾਂ ਦੇ ਨਜ਼ੀਕ ਢੁੱਕ ਦੇ ਥਾਵਾਂ ਦੇਣ ਮੱਲੀਆਂ ਕੇ ਕੈਰ ਮਾਰਦੇ ਕਮੌਤ ਜੀ ਜਿੰਨਾ ਦਾ ਕੋਈ ਨਾ ਸੰਗੀ ਐ ਅਣਖ ਦਾ ਜਿਉਣਾ ਮਰਦਾਂ ਦੀ ਮੌਤ ਜੀ ਅਣਖ ਦਾ ਜਿਉਣਾ ਮਰਦਾਂ ਦੀ ਮੌਤ ਜੀ ਥੋੜੇ ਦਿਨ ਚੰਗੀ ਐ ਹੰਸਾਂ ਦੀ ਥੋੜੇ ਦਿਨ ਹੁੰਦੀ ਜ਼ਿੰਦਗੀ ਮੋਤੀ ਰਹਿਣ ਟੋਲਦੇ ਸੈਂਕੜੇ ਬਰਸ ਖਾਣ ਕਾਵ ਗੰਦਗੀ ਰੂੜੀਆਂ ਫਰੋਲਦੇ ਨਾਲੋਂ ਥੋੜੀ ਚੰਗੀ ਐ ਭਗਵਤ ਜੀ ਆ ਕਹਿੰਦੇ ਸਤ ਸੰਗੀ ਐ ਅਣਖ ਦਾ ਜਿਉਣਾ ਮਰਦਾਂ ਦੀ ਮੌਤ ਜੀ ਥੋੜੇ ਦਿਨ ਚੰਗੀ ਐ ਕਾਈਆਂ ਕੋਲੋਂ ਅਰਥ ਕਰਾਵੇਂ ਪਾਤਸ਼ਾਹ ਚੋਜੀ ਦਾ ਸ਼ਮੇਸ਼ ਜੀ ਲੱਖਾਂ ਨਾਲ ਇੱਕ ਨੂੰ ਲੜਾਵੇਂ ਪਾਤਸ਼ਾਹ ਦੇ ਕੇ ਉਪਦੇਸ਼ ਜੀ ਭੁੱਲੀਏ ਨਾ ਕਦੇ ਉਸ ਦੀ ਡੰਡੋਤ ਜੀ ਮਰਾਦ ਮਿਲੇ ਮੰਗੀ ਐ ਅਣਖ ਦਾ ਜਿਉਣਾ ਮਰਦਾਂ ਦੀ ਮੌਤ ਜੀ ਥੋੜੇ ਦਿਨ ਚੰਗੀ ਐ ਹਾਂ ਬੱਦਲਾਂ ਚੋ ਚੰਨ ਜਿਵੇਂ ਆਇਆ ਬਾਹਰ ਜੀ ਸਿੰਘ ਨਿਕਲੇ ਚੱਲੋ ਬੋਲੀ ਵੱਜੀ ਆ ਗਈ ਹੈ ਸਿੰਘਾਂ ਦੇ ਕਾਲ ਜੀ ਇੱਕ ਨਿੱਕੀ ਜੀ ਗੱਲਾਂ ਤੇਰੀ ਇਸੇ ਗੱਲੋਂ ਵੱਧ ਗਈ ਓ ਇਸੇ ਗੱਲੋਂ ਵੱਧ ਗਈ ਗੁਰਾਂ ਨਾ ਦੌਤ ਜੀ ਸਰੀਰ ਸਹਿ ਗਿਆ ਤੰਗੀ ਐ ਅਣਖ ਦਾ ਜਿਉਣਾ ਮਰਦਾਂ ਦੀ ਮੌਤ ਜੀ ਥੋੜੇ ਦਿਨ ਚੰਗੀ ਐ ਸਿੰਘ ਤੇ ਇੱਕ
ਕੁਰਬਾਨੀ ਦੇਣ ਨੂੰ ਹੋ ਗਏ ਅੱਗੇ ਨੂੰ ਰਵਾਂ। ਸੜਕ ਉੱਤੇ ਖੜ ਗਏ ਮਸੂਲ ਲੈਣ ਨੂੰ ਸਿਰ ਆ ਗਿਆ ਸਮਾਂ। ਸਰਾਂ ਦੀ ਲਿਖੀ ਹੈ ਕਹੋਤ ਜੀ ਉਹ ਸਫੀਆਂ ਚ ਰੰਗੀ ਹੈ। ਅਣਖ ਦਾ ਜਿਉਣਾ ਮਰਦਾਂ ਦੀ ਮੌਤ ਜੀ ਥੋੜੇ ਦਿਨ ਚੰਗੀ ਹੈ। ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੈ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ। ਸਭ ਤੋਹੇ ਬਖਾਨਿਓ ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ ਬਾਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਦੀਨ ਦੁਨੀਆਂ ਦੇ ਵਾਲੀ ਰਾਜਾਨ ਰਾਜ ਪਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਐਸੀਆਂ ਮਹਾਨ ਬਖਸ਼ਿਸ਼ਾਂ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਮੁਕੱਦਸ ਬਾਰਗਾਹ ਦੇ ਅੰਦਰ ਆਪ ਜੀ ਸਾਜ ਮੇਲ ਜੋੜ ਮਿਲ ਕਰ ਬੈਠੇ ਹੋ। ਇਕੋ ਘਟਾ ਦੀਏ ਪਲੇ ਨਹੀਂ ਰਹਿਣ ਦੋ। ਆਪ ਜੀ ਸਮੁੱਚੀ ਗੁਰੂ ਕੀ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰਾਂ ਦੇ ਸਜੇ ਹੋਏ ਦਰਬਾਰ ਦੇ ਵਿੱਚ ਸਜੇ ਹੋਏ ਦੀਵਾਨ ਦੇ ਵਿੱਚ ਹਾਜ਼ਰੀਆਂ ਲਵਾ ਰਹੇ ਹੋ। ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਇਸ ਮਹਾਨ ਸਲਾਨਾ ਜੋੜ ਮੇਲੇ ਨੂੰ ਬੜਾ ਚੜ੍ਹਦੀ ਕਲਾ ਦੇ ਨਾਲ ਮਨਾ ਰਹੇ ਹੋ। ਮੇਰੇ ਅਤਿ ਸਤਿਕਾਰਯੋਗ ਵੱਡੇ ਮਹਾਂਪੁਰਖ ਸੱਚਖੰਡ ਵਾਸੀ ਬਾਬਾ ਜੀ ਬਾਬਾ ਜਰਨੈਲ ਸਿੰਘ ਸਾਹਿਬ, ਕਿਉਂਕਿ ਇਹ ਉਹ ਘਰ ਆ ਜੇ ਇਸ ਘਰ ਦੇ ਵਿੱਚ ਕਹਿ ਲਈਏ ਵੀ ਸ਼ੁਰੂਆਤ ਹੋਈ ਆ। ਬਾਬਾ ਜੀ ਬਾਬਾ ਜਰਨੈਲ ਸਿੰਘ ਸਾਹਿਬ ਜੀ ਦੇ ਗੋਦੀ ਦੇ ਵਿੱਚ ਬੈਠਣ ਦਾ ਦਾਸ ਨੂੰ ਸੁਭਾਗ ਮਿਲਿਆ। ਬਾਬਾ ਜੀ ਬਾਬਾ ਵੀਰ ਸਿੰਘ ਸਾਹਿਬ ਸਾਡੇ ਅਤਿ ਸਤਿਕਾਰਯੋਗ ਨੇ, ਉਹਨਾਂ ਦੇ ਹੱਥਾਂ ਦੇ ਵਿੱਚ ਖੇਡਣ ਦਾ ਵੀ ਸੁਭਾਗ ਪ੍ਰਾਪਤ। ਸਟੇਜ ਤੇ ਸੱਜੇ ਨੇ ਬਾਬਾ ਵੀਰ ਸਿੰਘ ਸਾਹਿਬ ਜੀ, ਤੇ ਅੱਜ ਮੈਂ ਉਹਨਾਂ ਨੂੰ ਆਪਣੀਆਂ ਉਹ ਪੁਰਾਣੀਆਂ ਤਸਵੀਰਾਂ ਵਿਖਾ ਰਿਹਾ ਸਾਂ ਜਦੋਂ ਮੈਂ ਸਵਾ ਮਹੀਨੇ ਦਾ ਸਾਂ, ਤੇ ਮਾਤਾ ਜੀ ਪਿਤਾ ਜੀ ਹੋਣੀ ਕਿਉਂਕਿ ਮੇਰੇ ਨਾਨਕਿਆਂ ਨਜ਼ਦੀਕ ਨੇ ਨਗਰ ਡਾਲੇ ਕੇ, ਮੇਰੇ ਨਾਨਾ ਜੀ ਸੰਤ ਕਰਨੈਲ ਸਿੰਘ ਜੀ, ਉਹਨਾਂ ਦਾ ਬੜਾ ਪ੍ਰੇਮ ਸੀ ਵੱਡੇ ਮਹਾਂਪੁਰਖ ਬਾਬਾ ਜੀ ਬਾਬਾ ਜਰਨੈਲ ਸਿੰਘ ਸਾਹਿਬ ਜੀ ਦੇ ਨਾਲ, ਤੇ ਉਹ ਮੇਰੀ ਸਵਾ ਮਹੀਨੇ ਵਾਲੀ ਜਿਹੜੀ ਫੋਟੋ ਆ ਉਹ ਬਾਬਾ ਜੀ ਨੂੰ ਅੱਜ ਵਿਖਾ ਰਿਹਾ ਸਾਂ, ਤੇ ਬਾਬਾ ਜੀ ਕਹਿੰਦੇ ਵੀ ਹੱਲੇ ਨਾਲ ਮੈਨੂੰ ਸੈਂਡ ਕਰ, ਇਹ ਵੱਡੀਆਂ ਕਰਾਵਾਂਗੇ ਯਾਦਗਾਰਾਂ ਨੇ। ਤੇ ਬਾਬਾ ਜੀ ਬਾਬਾ ਵੀਰ ਸਿੰਘ ਸਾਹਿਬ ਜੀ ਜਿਹਨਾਂ ਨੂੰ ਤੁਸੀਂ ਸਟੇਜ ਤੇ ਬੈਠਿਆਂ ਤੱਕ ਰਹੇ ਹੋ, ਉਹਨਾਂ ਦੇ ਦਾੜੇ ਵਿੱਚ ਹੁਣ ਕੁਝ ਕੁ ਹੀਰੇ ਨੇ, ਪਰ ਜਿਹੜੀ ਫੋਟੋ ਮੈਂ ਵਿਖਾਈ ਉਹ ਤੇ ਬਾਬਾ ਜੀ ਇਹਨਾਂ ਨੂੰ ਅਜੇ ਦਾੜਾ ਉਤਰਿਆ। ਸੋ ਇਸ ਘਰ ਦੇ ਨਾਲ ਵੱਡਾ ਪ੍ਰੇਮ, ਬਹੁਤ ਪ੍ਰੇਮ ਦਿੱਤਾ ਬਾਬਾ ਜੀ ਬਾਬਾ ਵੀਰ ਸਿੰਘ ਸਾਹਿਬ ਜੀ ਨੇ। ਸੋ ਉਹਨਾਂ ਦੇ ਸਹਿਯੋਗ ਦਾ ਸਦਕਾ ਆਪ ਜੀ ਇਹ ਸਲਾਨਾ ਜੋੜ ਮੇਲਾ ਮਨਾ ਰਹੇ ਹੋ। ਬਾਬਾ ਜੀ ਬਾਬਾ ਵੀਰ ਸਿੰਘ ਸਾਹਿਬ ਹੋਰਾਂ ਵੱਲੋਂ ਮਾਇਆ ਰੂਪ ਦੇ ਵਿੱਚ ਬੇਅੰਤ ਬੇਅੰਤ ਮਾਣ ਆਇਆ। ਇਸੇ ਤਰ੍ਹਾਂ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੱਜੇ ਨੇ ਪ੍ਰਕਾਸ਼ਮਾਨ ਨੇ, ਉੱਥੇ ਹੀ ਸਟੇਜ ਤੇ ਸਾਡੇ ਅਤਿ ਸਤਿਕਾਰਯੋਗ ਬਾਬਾ ਗੁਰਦੇਵ ਸਿੰਘ ਜੀ ਭੈਣੀ ਮਟੂਆਂ ਵਾਲੇ, ਉਹ ਵੀ ਸਟੇਜ ਤੇ ਸੱਜੇ ਨੇ, ਉਹਨਾਂ ਵੱਲੋਂ ਵੀ ਮਾਇਆ ਰੂਪ ਵਿੱਚ ਬੇਅੰਤ ਮਾਣ ਆਇਆ। ਤੇ ਇੱਕ ਵਾਰੀ ਬਾਬਾ ਜੀ ਹੁਣਾਂ ਤੋਂ ਅਸੀਂ ਫੇਰ ਖਿਮਾ ਮੰਗਦੇ ਹਾਂ। ਅਕਸਰ ਹੀ ਸਾਨੂੰ ਦੀਵਾਨਾਂ ਤੇ ਬਾਬਾ ਜੀ ਮਿਲਦੇ ਆ, ਤੇ ਜਦੋਂ ਮਿਲਦੇ ਉਦੋਂ ਹੀ ਖਿਮਾ ਮੰਗਦੇ ਆ। ਉਹ ਕਾਹਦੀ? ਉਹ ਖਿਮਾ ਇਸ ਗੱਲ ਦੀ ਆ, 25 ਫਰਵਰੀ ਨੂੰ ਇਹਨਾਂ ਨੇ ਸਾਨੂੰ
ਦੀਵਾਨ ਵਾਸਤੇ ਫੋਨ ਕਰਿਆ ਵੀ ਦੀਵਾਨ ਆਪਾਂ ਲਾਉਣਾ, ਅਸੀਂ ਲਾਉਣਾ ਸੀ ਉਹ, ਪਰ ਸਾਡੀ ਬਾਹਰੋਂ ਅੰਬੈਸੀ ਦੀ ਸਾਡੀ ਅਪੁਆਇੰਟਮੈਂਟ ਆ ਗਈ ਤੇ ਅਸੀਂ ਹੱਥ ਜੋੜ ਕੇ ਖਿਮਾ ਮੰਗੀ, ਬਾਬਾ ਜੀ ਜਦੋਂ ਕਿਤੇ ਫੇਰ ਦਾਣਾ ਪਾਣੀ ਹੋਇਆ ਤੇ ਫੇਰ ਛਕਾਂਗੇ। ਸੋ ਬਾਬਾ ਜੀ ਹੁਣਾਂ ਤੋਂ ਹੁਣ ਫੇਰ ਉਸ ਗੱਲ ਦੀ ਖਿਮਾ, ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਜਦੋਂ ਦਾਣਾ ਪਾਣੀ ਹੋਇਆ ਤੇ ਬਾਬਾ ਜੀ ਆਉਂਦੀ ਯਾਰ ਨੂੰ ਆਪਾਂ ਉਹ ਲਾਉਣਾ ਜੋੜ ਮੇਲਾ, ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਉਹਨਾਂ ਵੱਲੋਂ ਵੀ ਬੇਅੰਤ ਮਾਣ। ਸਟੇਜ ਤੇ ਸੱਜੇ ਬੈਠੇ ਨੇ ਇਸ ਘਰ ਦੇ ਪੁਰਾਣੇ ਕਵੀਸ਼ਰ, ਇਸ ਘਰ ਦੇ ਕਾਹਨੂੰ, ਇਹ ਦੋ ਤਿੰਨਾਂ ਘਰਾਂ ਦੇ ਪੁਰਾਣੇ ਕਵੀਸ਼ਰ ਆ, ਇਹਨਾਂ ਦਾ ਸਾਰੇ ਮਹਾਂਪੁਰਖਾਂ ਨਾਲ ਪ੍ਰੇਮ। ਸੁਰ ਸਿੰਘ ਵਾਲੇ ਮਹਾਂਪੁਰਖ ਹਾਜ਼ਰੀ ਲਵਾ ਕੇ ਗਏ ਨੇ ਬਾਬਾ ਜੀ, ਬਾਬਾ ਅਵਤਾਰ ਸਿੰਘ ਸਾਹਿਬ ਜੀ, ਉਸ ਘਰ ਦੇ ਨਾਲ ਵੀ ਇਹਨਾਂ ਦਾ ਪੁਰਾਣਾ ਪ੍ਰੇਮ ਤੇ ਇਸ ਘਰ ਦੇ ਨਾਲ ਵੀ ਇਹਨਾਂ ਦਾ ਪੁਰਾਣਾ ਪ੍ਰੇਮ। ਸਾਡੇ ਸਤਿਕਾਰਯੋਗ ਗਿਆਨੀ ਗੁਰਚਰਨ ਸਿੰਘ ਜੀ ਚੰਨ ਧਾਲੀਵਾਲ, ਉਹਨਾਂ ਦੇ ਸਮੁੱਚੇ ਜਥੇ ਵੱਲੋਂ ਮਾਇਆ ਰੂਪ ਵਿੱਚ ਬੇਅੰਤ ਮਾਣ ਆਇਆ। ਸਤਿਗੁਰੂ ਜੀ ਕਿਰਪਾ ਕਰਨ, ਰਹਿਮਤਾਂ ਵਰਤਾਉਣ। ਸਰਬਜੀਤ ਸਿੰਘ ਪੱਧਰੀ, ਹਰੀ ਸਿੰਘ ਸਭਰਾ, ਸਮੁੱਚੇ ਜਥੇ ਵੱਲੋਂ ਬੇਅੰਤ ਮਾਣ ਆਇਆ। ਨਿਹੰਗ ਸਿੰਘ ਵੀਰ, ਜਸ਼ਨਪ੍ਰੀਤ ਸਿੰਘ, ਜੇਸ ਵੀਰ ਨੇ ਆ ਬੰਦਨਾ ਦਾ ਹੁਕਮ ਲਾਇਆ। ਆ ਤੁਸਾਂ ਬੰਦਨਾ ਸੁਣੀ, ਅਣਖ ਦਾ ਜਿਉਣਾ ਮਰਦਾਂ ਦੀ ਮੌਤ ਜੀ ਥੋੜੇ ਦਿਨ ਚੰਗੀ, ਉਸ ਵੀਰ ਵੱਲੋਂ ਤੇ ਬੇਅੰਤ ਹੋਰ ਗੁਰਮੁਖ ਪਿਆਰਿਆਂ ਵੱਲੋਂ ਹੁਕਮ ਲੱਗਾ, ਉਹਨਾਂ ਵੱਲੋਂ ਮਾਇਆ ਰੂਪ ਵਿੱਚ ਬੇਅੰਤ ਮਾਣ ਆਇਆ। ਬਾਬਾ ਜੀ ਬਾਬਾ ਸਤਨਾਮ ਸਿੰਘ ਜੀ ਝਾਮਕਾ, ਉਹਨਾਂ ਵੱਲੋਂ ਵੀ ਮਾਇਆ ਰੂਪ ਵਿੱਚ ਬੇਅੰਤ ਮਾਣ। ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸਰਦਾਰ ਬਲਵਿੰਦਰ ਸਿੰਘ ਜੀ ਬਿਜਲੀ ਬੋਰਡ ਵਾਲੇ, ਉਹਨਾਂ ਦੇ ਸਪੁੱਤਰ ਕਲਾਕਾਰ ਗੁਰਮੀਤ ਪੰਜਾਬੀ ਜੀ, ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਆਇਆ। ਸਤਿਗੁਰੂ ਸਾਹਿਬ ਜੀ ਰਹਿਮਤਾਂ ਵਰਤਾਉਣ। ਬਲਦੇਵ ਸਿੰਘ ਜੀ, ਉਹਨਾਂ ਵੱਲੋਂ ਵੀ ਬੇਅੰਤ ਮਾਣ ਆਇਆ। ਵੀਰ ਸਵਿੰਦਰ ਸਿੰਘ ਜੀ, ਉਹਨਾਂ ਵੱਲੋਂ ਬੇਅੰਤ ਮਾਣ, ਸਾਡੀਆਂ ਭੈਣਾਂ ਵੱਲੋਂ, ਮਾਤਾਵਾਂ ਵੱਲੋਂ, ਵੀਰਾਂ ਵੱਲੋਂ ਬੇਅੰਤ ਮਾਣ ਆਇਆ। ਤੇ ਗਤਕੇ ਦੇ ਪਲੇਰ, ਗਤਕੇ ਦੇ ਉਸਤਾਦ ਸਾਡੇ ਭਾਈ ਵੀਰ ਗੁਰਦੇਵ ਸਿੰਘ ਜੀ ਨਗਰ ਜੀਓ ਵਾਲਾ, ਉਹਨਾਂ ਵੱਲੋਂ ਵੀ ਮਾਇਆ ਰੂਪ ਬੇਅੰਤ ਮਾਣ ਆਇਆ। ਤੁਸੀਂ ਕਹਿਣਾ ਵੀ ਗਿਆਨੀ ਜੀ ਕੁਝ ਸੁਣਾਉਣਾ ਹੈ ਕਿ ਕਿੱਦਾਂ ਕਰਨੀ ਆ, ਮੈਨੂੰ ਤੁਹਾਡੇ ਅੰਦਰ ਦੀਆਂ ਖੇਡਾਂ ਦਾ ਪਤਾ ਵੀ ਤੁਸੀਂ ਚਾਹੁੰਦੇ ਆ ਵੀ ਕਿਹੇ ਬੰਨੇ ਉਹ ਸਿਰਾ ਕਰ ਤੇ ਮੁੜ ਕੇ ਸਹੀਏ ਸਹੀਏ, ਜਿੱਦਾਂ ਪਾਣੀ ਉਬਾਲਾ ਫੜੀ ਜਾਂਦਾ ਫਿਰ ਠੰਡੇ ਤੋਂ ਸਹੀਏ ਸਹੀਏ ਗਰਮ ਕਰਦਾ ਜਾਈ। ਤੇ ਆਪਾਂ ਬਹੁਤਾ ਹੁਣ ਸਮਾਂ ਲਾਉਣਾ ਕੋਈ ਨਹੀਂ ਆ, ਮੈਂ ਨਾ ਵੀ ਆਪਾਂ ਗੱਲ ਸ਼ੁਰੂ ਕਰੀਏ ਤੇ ਕਰੋ ਕਿਰਪਾ, ਕੁਝ ਕਹਿਣ ਵਾਸਤੇ ਆਗਿਆ ਬਖਸ਼ੋ। ਪ੍ਰੇਮ ਦੇ ਨਾਲ ਦੋਵੇਂ ਹੱਥ ਜੋੜ ਕੇ ਸੀਸ ਨਿਵਾਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਫਤਿਹ ਦਾ ਜਵਾਬ ਦਿਓ, ਆਖੋ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਹਾਜ਼ਰੀ ਭਰ ਕੇ ਗਏ ਨੇ ਪ੍ਰਚਾਰਕ ਗਿਆਨੀ ਗੁਰਬਚਨ ਸਿੰਘ ਜੀ ਕਲਸੀਆਂ, ਵੀਰ ਸੁਖਪਾਲ ਸਿੰਘ ਠੱਟਾ, ਉਹਨਾਂ ਵੱਲੋਂ ਵੀ ਬੇਅੰਤ ਮਾਇਆ ਰੂਪ ਵਿੱਚ ਮਾਣ ਆਇਆ। ਬਚਨ ਦੀ ਆਰੰਭਤਾ ਇੱਥੋਂ ਕਰਾਂ, ਦਸਵੇਂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਸਾਰ ਤੇ ਆਏ ਤੇ ਦੁਸ਼ਟ ਦਮਨ ਦੇ ਜਦੋਂ ਰੂਪ ਦੇ ਵਿੱਚ ਸਨ, ਅਕਾਲ ਪੁਰਖ ਨੇ ਇੱਕ ਹੁਕਮ ਲਾ ਦਿੱਤਾ। ਉਹ ਹੁਕਮ ਕੀ ਲਾ ਦਿੱਤਾ? ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪ੍ਰਚੁਰ ਕਰਬੇ ਕੋ ਸਾਜਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਹੁਕਮ ਲਾਇਆ, ਤੁਸਾਂ ਇੱਕ ਨਵੇਕਲੇ ਪੰਥ ਦਾ ਨਿਰਮਾਣ ਕਰਨਾ। ਤੇ ਸਤਿਗੁਰਾਂ ਨੇ ਦੋਵੇਂ ਹੱਥ ਜੋੜੇ, ਆਖਿਆ ਮਹਾਰਾਜ ਜੀਓ ਠਾਡ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚੱਲੇ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਮਹਾਰਾਜ ਜੀ ਇਹ ਨਵੇਕਲਾ ਪੰਥ ਤਾਂ ਚੱਲੇਗਾ ਬੇਸ ਭਾਰਾ, ਮਹਾਰਾਜ ਜੀ ਇਹ ਨਵੇਕਲਾ ਪੰਥ ਤਾਂ ਚੱਲੇਗਾ
ਜੇ ਆਪ ਜੀ ਬਖਸ਼ਿਸ਼ਾਂ ਵਰਤਾਓਗੇ, ਜੇ ਆਪ ਜੀ ਰਹਿਮਤਾਂ ਵਰਤਾਓਗੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਤ ਲੋਕ ਤੇ ਆਏ ਤੇ ਸਾਹਿਬ ਜੀ ਨੇ ਮਜ਼ਲੂਮ ਨਮਾਣੇ ਨਤਾਣੇ ਜਿਨ੍ਹਾਂ ਦੀ ਸੁਣਵਾਈ ਕੋਈ ਨਹੀਂ ਸੀ ਉਹਨਾਂ ਨੂੰ ਮਹਾਰਾਜ ਜੀ ਨੇ ਖੰਡੇ ਬਾਟੇ ਦੀ ਪੌੜ ਛਕਾ ਕੇ ਸਿੰਘ ਸਜਾ ਦਿੱਤਾ। ਤੇ ਉਹ ਸਮੇਂ ਦੇ ਬਾਈ ਧਾਰ ਦੇ ਰਾਜਿਆਂ ਨੂੰ ਇਹ ਗੱਲ ਫਿੱਟ ਨਾ ਬੈਠੀ ਵੀ ਜਿਨ੍ਹਾਂ ਨੂੰ ਅਸੀਂ ਕਿਤੇ ਛਤਰ ਵੱਟੇ ਨਹੀਂ ਸਾਂ ਜਾਣਦੇ ਉਹ ਹੁਣ ਇੱਕ ਇੱਕ ਦੀ ਛੱਡ ਦੋ ਦੋ ਦਸਤਾਰਾਂ ਸਜਾਉਂਦੇ ਨੇ। ਜਿਨ੍ਹਾਂ ਨੂੰ ਅਸੀਂ ਗੱਡੇ ਤੇ ਨਹੀਂ ਸੀ ਬਹਿਣ ਦਿੰਦੇ ਇਹ ਘੋੜੇ ਦੇ ਹੰਨਿਆਂ ਦੀ ਅਸਵਾਰੀ ਕਰਦੇ ਨੇ ਤੇ ਇੱਧਰ ਉੱਧਰ ਹੁਣ ਸ਼ਾਨ ਦੇ ਨਾਲ ਵਿਚਰਦੇ ਨੇ। ਬਾਈ ਧਾਰ ਦੇ ਰਾਜਿਆਂ ਨੇ ਕਰਕੇ ਇੱਕ ਇਕੱਤਰਤਾ ਦਸਵੇਂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮੁਖਾਲਫਤ ਕਰਦਿਆਂ ਹੋਇਆਂ ਮਹਾਰਾਜ ਸੱਚੇ ਪਾਤਸ਼ਾਹ ਦੇ ਵਿਰੋਧ ਵਿੱਚ ਇੱਕ ਪੱਤਰਿਕਾ ਜਿਹੜੀ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਵੱਲੇ ਲਿਖੀ ਉਸ ਪੱਤਰਿਕਾ ਦੇ ਵਿੱਚ ਇਹਨਾਂ ਨੇ ਇਹ ਮੁਖਾਲਫਤ ਕੀਤੀ ਕਿ ਗੋਬਿੰਦ ਸਿੰਘ ਦੇ ਨਾਮ ਤੋਂ ਦਿੱਲੀ ਸਰਕਾਰ ਨੂੰ ਖਤਰਾ। ਗੋਬਿੰਦ ਸਿੰਘ ਆਪਣੇ ਆਪ ਵਿੱਚ ਇੱਕ ਪਾਵਰ ਬਣਦਾ ਜਾ ਰਿਹਾ, ਇਹਦੇ ਨਾਮ ਤੋਂ ਇਹਦੇ ਨਿੱਤ ਦੇ ਵਿਹਾਰਿਆਂ ਤੋਂ ਜੋ ਸਰਕਾਰ ਨੂੰ ਖਤਰਾ। ਬਾਈ ਧਾਰ ਦੇ ਰਾਜੇ ਇੱਕ ਪੱਤਰਿਕਾ ਦੇ ਵਿੱਚ ਲਿਖ ਰਹੇ ਨੇ ਉਸ ਸਮੇਂ ਦਾ ਵੇਰਵਾ ਗਿਆਨੀ ਗੁਰਕੀਰਤ ਸਿੰਘ ਐਮ ਏ ਦੇ ਸਾਥੀਆਂ ਪਾਸੋਂ। ਐਦਾਂ ਸੁਣੋ, ਸਬਰ ਵਾਲੇ ਪਹਾੜੀਏ ਰਾਜੇ ਲਿਖਦੇ ਦਿੱਲੀ ਦੇਸ਼ਾਂ ਨੂੰ, ਕਰ ਹਿੰਮਤ ਹੁਣੇ ਸੰਭਾਲੋ ਨੰਦਪੁਰੀਏ ਬੇਪਰਵਾਹ ਨੂੰ, ਕੋਲ ਸੁਣਾਤਾ ਤੁਹਾਨੂੰ ਸਾਡੇ ਵਕਾਰ ਨੂੰ ਖਤਰਾ, ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਦਿੱਲੀ ਦਰਬਾਰ ਨੂੰ ਖਤਰਾ। ਸਬਰ ਵਾਲੇ ਪਹਾੜੀਏ ਰਾਜੇ ਲਿਖਦੇ ਦਿੱਲੀ ਦੇਸ਼ਾਂ ਨੂੰ, ਕਰ ਹਿੰਮਤ ਹੁਣੇ ਸੰਭਾਲੋ ਨੰਦਪੁਰੀਏ ਬੇਪਰਵਾਹ ਨੂੰ, ਸੱਚ ਖੋਲ ਸੁਣਾਤਾ ਤੁਹਾਨੂੰ ਸਾਡੇ ਵਕਾਰ ਨੂੰ ਖਤਰਾ, ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਦਿੱਲੀ ਦਰਬਾਰ ਨੂੰ ਖਤਰਾ। ਆਇਓ ਮੜ ਰਣਜੀਤ ਨਗਾਰਾ ਤੇ ਨਿਤ ਮਾਰੇ ਲਲਕਾਰੇ, ਕਰ ਇਕੱਠੀਆਂ ਜਾਤ ਕੁਜਾਤਾਂ ਉਸ ਭਰਤੀ ਕਰ ਲਏ ਸਾਰੇ, ਗਜੰਗੀ ਜਾਪੇ ਸਰਕਾਰ ਨੂੰ ਖਤਰਾ, ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਦਿੱਲੀ ਦਰਬਾਰ ਨੂੰ ਖਤਰਾ। ਆਇਓ ਨਿਤ ਸ਼ਿਕਾਰ ਖੜਾਵੇ, ਹਾਵੇ ਉਹ ਨਿਤ ਸ਼ਿਕਾਰ ਖੜਾਵੇ, ਹੋ ਆਪ ਸਬਸ ਦੇ ਮੂਰੇ ਕੋਈ ਰੋਕ ਟੋਕ ਨਹੀਂ ਸਕਦਾ, ਕੱਢਤੇ ਗਮਿਆਨੇ ਘੂਰੇ ਫਿਰਿਓ ਦੇ ਜੰਗੀ ਕਰਤਵ ਤੱਕ ਕੇ, ਉਹਦੇ ਜੰਗੀ ਕਰਤਵ ਤੱਕ ਕੇ ਸਭਾਈ ਧਾਰ ਨੂੰ ਖਤਰਾ, ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਦਿੱਲੀ ਦਰਬਾਰ ਨੂੰ ਖਤਰਾ। ਮੈਂ ਵੈਰ ਪਿਤਾ ਦਾ ਲੈਣਾ, ਮੈਂ ਵੈਰ ਪਿਤਾ ਚ ਕਹਿੰਦਾ, ਬਿਨ ਸ਼ਾਹ ਜੀ ਹੱਥ ਕਰਾਰਿਆ ਉਹ ਚੈਨ ਨਾਲ ਨਹੀਂ ਬਹਿੰਦਾ, ਆਰਾਮ ਵਾਸਤਾ ਕਹੀਏ ਅੱਲਾ ਦੇ ਯਾਰ ਨੂੰ ਖਤਰਾ, ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਦਿੱਲੀ ਦਰਬਾਰ ਨੂੰ ਖਤਰਾ। ਆਇਓ ਕਿਲੇ ਉਸਾਰੀ ਜਾਂਦਾ ਤੇ ਨਿਤ ਸਾਨੂੰ ਧਮਕਾਉਂਦਾ, ਆਵੋ ਇੱਕ ਮੁੱਠ ਹੋ ਹਿੰਦੂਓ ਉਹ ਸਭ ਨੂੰ ਹੈ ਸਮਝਾਉਂਦਾ, ਨੇਜਿਆਂ ਕੋਲੋਂ ਸਾਡੀ ਤਲਵਾਰ ਨੂੰ ਖਤਰਾ,
ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਦਿੱਲੀ ਦਰਬਾਰ ਨੂੰ ਖਤਰਾ। ਸਾਡੇ ਸਭ ਰਸਤੇ ਰੋਕੇ, ਅਸੀਂ ਡਰਦੇ ਬਾਹਰ ਨਾ ਜਾਈਏ, ਰਹਿ ਘੂਰ ਉਸ ਦੇ ਸਾਥੀ ਜਿੱਧਰ ਵੀ ਪੈਰ ਵਧਾਈਏ। ਅੱਲਾ ਦੇ ਯਾਰ ਨੂੰ ਖਤਰਾ, ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਦਿੱਲੀ ਦਰਬਾਰ ਨੂੰ ਖਤਰਾ। ਕਾਮੇ ਮਜ਼ਦੂਰੀ ਇਕੱਠੇ ਕਰ ਇੱਕ ਬਣਾ ਲਿਆ ਟੋਲਾ, ਉਹ ਫਿਰਨ ਬੜੇ ਹੰਕਾਰੇ ਨਿਤ ਗਾਉਣ ਮੌਤ ਦਾ ਸੋਲਾ। ਮਸਤਾਂ ਦਾ ਸਾਥੀ ਬਣਿਆ, ਸਾਡੇ ਇਕਰਾਰ ਨੂੰ ਖਤਰਾ, ਗੁਰੂ ਗੋਬਿੰਦ ਸਿੰਘ ਦੇ ਨਾਂ ਤੋਂ ਦਿੱਲੀ ਦਰਬਾਰ ਨੂੰ ਖਤਰਾ। ਇਹਨਾਂ ਨੇ ਆਪਣੇ ਅੰਦਰ ਦਾ ਜ਼ਹਿਰ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਦੇ ਮੂਹਰੇ ਉਗਲੱਛਿਆ। ਉਸ ਪੱਤਰਿਕਾ ਦੇ ਅੰਦਰ ਇਹਨਾਂ ਨੇ ਕੁਝ ਗੱਲਾਂ ਸਨ ਜੋ ਰਿਐਲਿਟੀ ਦੀਆਂ ਲਿਖੀਆਂ, ਤੇ ਕੁਝ ਗੱਲਾਂ ਸਨ ਜਿਹੜੀਆਂ ਇਹਨਾਂ ਨੇ ਵਧੀਕ ਕਰਕੇ ਲਿਖੀਆਂ। ਉਹ ਵਧੀਕ ਗੱਲਾਂ ਕਿਹੜੀਆਂ ਸਨ? ਉਸ ਪੱਤਰਿਕਾ 'ਚ ਇਹਨਾਂ ਨੇ ਲਿਖਿਆ ਕਿ ਉਹ ਨਿੱਤ ਕਹਿੰਦਾ ਮੈਂ ਆਪਣੇ ਬਾਪ ਦਾ ਬਦਲਾ ਲੈਣਾ। ਮੈਂ ਬੇਨਤੀ ਕਰਾਂ, ਸਿੱਖਾਂ ਦੇ ਅੰਦਰ ਬਦਲੇ ਦੀ ਭਾਵਨਾ ਕਦੇ ਵੀ ਨਹੀਂ। ਉਹਦਾ ਕਾਰਨ, ਕਿਉਂਕਿ ਅਸੀਂ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੈਰੋਕਾਰ ਹਾਂ ਜਿਹੜੇ ਸਾਨੂੰ ਇਹ ਗੱਲ ਕਹਿੰਦੇ ਨੇ, ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਣ। ਪਰ ਇਹਦਾ ਅਰਥ ਇਹ ਨਹੀਂ ਕਿ ਕੋਈ ਸਾਡੇ ਤੇ ਚੜ੍ਹ ਕੇ ਆਵੇ ਤੇ ਅਸੀਂ ਹੱਥ ਜੋੜਾਂਗੇ। ਜੋੜਨੇ ਆ ਦੋ ਕਰੀ, ਕਿਉਂਕਿ ਗੁਰੂ ਕਲਗੀਧਰ ਮਹਾਰਾਜ ਜੀ ਦਾ ਬਚਨ, ਚੂੰ ਕਰ ਆਜ ਹਮਾ ਹੀਲ ਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਜੋੜਨੇ ਆ ਜਿੰਨਾ ਕੁ ਸਮਾਂ ਸੂਤ ਆ ਦੇ। ਉਹ ਸਿਆਣਿਆਂ ਦਾ ਬਚਨ ਆ ਵੀ ਮਾਰੇ ਨਾਲੋਂ ਭਜਾਇਆ ਚੰਗਾ। ਜੇ ਕੋਈ ਮਾਰਨ ਤੋਂ ਬਿਨਾਂ ਹੀ ਸੂਤ ਆਉਂਦਾ ਤੇ ਭਜਾਇਆ ਹੀ ਸਾਰ ਲੈਣਾ ਚਾਹੀਦਾ। ਪਰ ਜੇ ਕੋਈ ਭੱਜਣ ਵਾਲਾ ਆਖੇ ਵੀ ਐਮ ਫੰਨੇ ਖਾਂ, ਆਏ ਐਮ ਫੰਨੇ ਖਾਂ, ਉਹ ਮੈਂ ਤੇ ਫੰਨੇ ਖਾਂ ਆ, ਫਿਰ ਫੰਨੇ ਖਾਂ ਨੂੰ ਦੱਸਣਾ ਪੈਂਦਾ ਵੀ ਅਸੀਂ ਤੇਰੇ ਨੂੰ ਵੱਡੇ ਫੰਨੇ ਖਾਂ ਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਬਤ ਇਹਨਾਂ ਨੇ ਉਸ ਪੱਤਰਿਕਾ ਦੇ ਵਿੱਚ ਲਿਖ ਦਿੱਤਾ। ਜਦੋਂ ਲਿਖਿਆ, ਪੱਤਰਿਕਾ ਪੜ੍ਹੀ ਬਾਦਸ਼ਾਹ ਔਰੰਗਜ਼ੇਬ ਨੇ। ਮੇਰੇ ਕੋਲ ਸਮਾਂ ਨਹੀਂ, ਮੈਂ ਇਸ ਪ੍ਰਸੰਗ ਨੂੰ ਡਿਟੇਲ ਵਿੱਚ ਖੋਲ੍ਹ ਕੇ, ਕਿਉਂਕਿ ਬੜੀਆਂ ਗੱਲਾਂ ਨੇ ਜਿਹੜੀਆਂ ਇਸ ਪ੍ਰਸੰਗ ਦੇ ਵਿੱਚ ਖੋਲ੍ਹਣ ਵਾਲੀਆਂ, ਪਰ ਸਮੇਂ ਦੀ ਨਜ਼ਾਕਤ ਨੂੰ ਪਛਾਣਨਾ ਪੈਂਦਾ। ਜੇ ਸਮਾਂ ਝੱਲ ਕੇ ਆ ਤੇ ਗੱਲਾਂ ਵੀ ਝੱਲ ਕੇ, ਜੇ ਸਮਾਂ ਖੁੱਲ੍ਹਾ ਤੇ ਗੱਲਾਂ ਬਾਤਾਂ ਵੀ ਖੁੱਲ੍ਹੇ ਹੱਥੀਂ। ਸੋ ਹੁਣ ਬਾਦਸ਼ਾਹ ਔਰੰਗਜ਼ੇਬ ਨੇ ਇਸ ਪੱਤਰਿਕਾ ਨੂੰ ਪੜ੍ਹਿਆ। ਜਦੋਂ ਪੜ੍ਹੀ ਆ ਬਾਦਸ਼ਾਹ ਨੇ ਪੱਤਰਿਕਾ, ਤੇ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਦੰਦ ਕਰੀਚੇ, ਇਹਨੇ ਆਪਣੇ ਮੋਢਿਆਂ ਨੂੰ ਝਾੜਿਆ, ਇਹਨੇ ਆਪਣੇ ਭਰਵੱਟੇ ਤਾਂ ਚੜ੍ਹਾਏ, ਤੇ ਬਹੁਤੇ ਜ਼ਿਆਦੇ ਗੁੱਸੇ ਦੇ ਵਿੱਚ ਆ ਕੇ ਇਹਨੂੰ ਲੱਗੀ ਆ ਜੀ ਅੱਗ ਸੱਤੀ ਕੱਪੜੀ। ਸੱਤ ਕੱਪੜੇ ਦੋਵੇਂ ਕੰਨਾਂ ਦੇ, ਛੇਕ ਦੋਵੇਂ ਨਾਸਾਂ ਦੇ, ਦੋਵੇਂ ਅੱਖਾਂ ਦੇ ਤੇ ਸੱਤਵਾਂ ਮੂੰਹ ਦਾ। ਸੱਤੀ ਕੱਪੜੀ ਲੱਗੀ ਅੱਗ, ਇਹਦਾ ਚਿਹਰਾ ਮੋਹਰਾ ਬਦਲ ਗਿਆ। ਹੁਣ ਇਹਨੇ ਕਚਹਿਰੀ ਦੇ ਵਿੱਚ ਇਕੱਠਿਆਂ ਕਰਕੇ ਆਪਣੇ ਸਾਰੇ ਜਰਨੈਲਾਂ ਨੂੰ ਤੇ ਇੱਕ ਗੱਲ ਕਹਿੰਦਾ, ਭਰੀ ਕਚਹਿਰੀ ਵਿੱਚ ਸ਼ਾਹ ਇਉਂ ਆਖ ਸੁਣਾਵੇ, ਉੱਠੇ ਕੋਈ ਸੂਰਮਾ ਹੱਥ ਖੰਡੇ ਪਾਵੇ, ਬੀੜਾ ਚੁੱਕੇ ਜੰਗ ਦਾ ਤਲਵਾਰ ਉਠਾਵੇ, ਢਾਵੇ ਪੂਰੀ ਆਨੰਦ ਨੂੰ ਨਿਸ਼ਾਨ ਮਟਾਵੇ, ਗੋਬਿੰਦ ਸਿੰਘ ਨੂੰ ਪਕੜ ਕੇ ਦਿੱਲੀ ਲੈ ਆਵੇ, ਜਾਂ ਮਾਰੇ ਵਿੱਚ ਜੰਗ ਦੇ ਟੈਂਟਾ ਹੀ ਮੁੱਕ ਜਾਵੇ। ਆਂਦਾ ਕੋਈ ਕਰੋ ਤੇ ਸਹੀ ਹਿੰਮਤ। ਇਹਨੇ ਫਿਰ ਚੁਣੌਤੀ ਰੱਖੀ, ਇਹਨੇ ਆਪਣੇ ਸਾਰੇ ਜਰਨੈਲਾਂ ਨੂੰ ਵੰਗਾਰਿਆ। ਉਹ ਕਹਿੰਦਾ ਕੋਈ ਇੱਕ ਜਾਣਾ ਉੱਠੋ
ਜਿਹੜਾ ਆਨੰਦਪੁਰ ਨੂੰ ਚੜ ਕੇ ਜਾਵੇ। ਤੇ ਜਿੰਨੇ ਕੁ ਸਾਹਮਣੇ ਬੈਠੇ ਸਨ ਪਹਿਲਾਂ ਤੇ ਸਿਰੀਆਂ ਵਾਹਵਾ ਹੀ ਉੱਚੀਆਂ ਸਨ, ਤਾਂ ਨੂੰ ਵੇਂਦੇ ਸਨ। ਤੇ ਜਦੋਂ ਨਾਂ ਸੁਣਿਆ ਵੀ ਜਾਣਾ ਕਿਹਨੂੰ ਆ, ਉਹਨੂੰ ਜਾਣਾ ਜਿੱਥੇ ਵੱਡਾ ਗੁਰੂ ਬੈਠਾ ਭਾਰੀ ਗੁਰੂ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਗੁਰੂ ਕਲਗੀਧਰ ਸਤਿਗੁਰਾਂ ਦੇ ਕਰੜੇ ਹੱਥ ਇਹਨਾਂ ਨੇ ਇਦੋਂ ਪਹਿਲਾਂ ਵੇਖੇ ਆ ਨਾ, ਉਹ ਜੰਗ ਭੰਗਾਣੀ ਦੀ ਹੋਵੇ, ਉਹ ਜੰਗ ਨਦਾਉਣ ਦੀ ਹੋਵੇ, ਕਰੜੇ ਹੱਥਾਂ ਦਾ ਨਜ਼ਾਰਾ ਵੇਖ ਚੁੱਕੇ ਨੇ। ਇਹਨਾਂ ਨੀਵੀਆਂ ਪਾਈਆਂ, ਹੁਣ ਦੁਬਾਰਾ ਜਦੋਂ ਇਹਨਾਂ ਨੇ ਨੀਵੀਆਂ ਪਾਈਆਂ ਤੇ ਔਰੰਗਜ਼ੇਬ ਨੇ ਦੁਬਾਰਾ ਆਖਿਆ, ਕਹਿੰਦਾ ਕੋਈ ਉੱਠੋ ਤੇ ਸਹੀ। ਜਦੋਂ ਹੁਣ ਉੱਠਦਾ ਕੋਈ ਨਹੀਂ, ਇਹਨੇ ਤੀਸਰੀ ਵਾਰੀ ਫਿਰ ਆਵਾਜ਼ ਮਾਰੀ, ਕਹਿਣ ਲੱਗਾ ਵੀ ਕਿਹੜਾ ਆ ਜਿਹੜਾ ਕੋਈ ਉੱਠੇ। ਹੁਣ ਤੀਸਰੀ ਵਾਰੀ ਵੀ ਕਹਿਣ ਤੇ ਅਜੇ ਤੱਕ ਕੋਈ ਨਹੀਂ ਉੱਠਿਆ। ਤੇ ਫਿਰ ਇਹਨੇ ਪੈਂਤੜਾ ਵਰਤਿਆ, ਸਿਆਸੀ ਪੈਂਤੜਾ ਵਰਤਿਆ। ਇਹ ਕਹਿਣ ਲੱਗਾ ਮੈਂ ਤੇ ਸਮਝਦਾ ਸਾਂ ਵੀ ਮੇਰੇ ਦਰਬਾਰ ਦੇ ਵਿੱਚ ਸਾਰੇ ਜਰਨੈਲ ਹੀ ਬੈਠੇ ਨੇ। ਕਹਿੰਦਾ ਮੈਨੂੰ ਤੇ ਅੱਜ ਪਤਾ ਲੱਗਾ ਤਾੜੀ ਮਹਿਕਮਾ ਬੈਠਾ। ਤਾੜੀ ਮਹਿਕਮਾ ਉਹ ਕਿਹੜਾ? ਕਹਿੰਦਾ ਇਉਂ ਜਾਪਦਾ ਸਾਰੇ ਹੀ ਜਿਹੜੇ ਹੀ ਬੈਠੇ ਆ, ਹੈ ਨੀ ਤੁਹਾਡੇ 'ਚ ਕਿਸੇ 'ਚ ਮਰਦਾਊਪੁਣਾ, ਉਹ ਤੁਸੀਂ ਕੋਈ ਜਰਨੈਲ ਨਹੀਂ। ਜਦੋਂ ਇਹਨੇ ਮਾਰੀ ਆ ਬੋਲੀ ਤੇ ਫਿਰ ਵਿਦਵਾਨ ਕਹਿੰਦਾ ਚੜ੍ਹਦੀ ਜਵਾਨੀ ਸੈਦ ਖਾਨ ਜਰਨੈਲ ਭਾਰਾ, ਉੱਠਿਆ ਸ਼ੇਰ ਵਾਂਗ ਪਬਕਾਏ ਕੇ, ਚੁੱਕ ਲਈਆ ਤੇਗ ਸੂਰੇ ਭਰੇ ਦਰਬਾਰ ਵਿੱਚ, ਬਾਦਸ਼ਾਹ ਦੇ ਤਾਈ ਇਉਂ ਆਖਦਾ ਸੁਣਾਏ ਕੇ, ਦਿਓ ਜੇ ਹੁਕਮ ਢਾ ਦਿਆਂ ਆਨੰਦਪੁਰ, ਹਿੰਦ ਵਾਲਾ ਪੀਰ ਹੱਥੀ ਬੰਨ ਲਵਾਂ ਜਾਏ ਕੇ, ਜਿਹਦੀਆਂ ਨੇ ਧੁੰਮਾਂ ਪਈਆਂ ਸਾਰੇ ਸੰਸਾਰ ਵਿੱਚ, ਸੀਤਲ ਵੇਖਾਂਗਾ ਮੈਂ ਮੈਦਾਨ ਵਿੱਚ ਜਾਏ ਕੇ। ਕਹਿੰਦਾ ਮੈਨੂੰ ਦੋ ਹਾਂ ਅਸਲਾ, ਮੈਨੂੰ ਦੋ ਮੇਰੇ ਮੂੰਹ ਦੀ ਮੰਗੀ ਫੌਜ, ਫਿਰ ਵੇਖੋ ਮੈਂ ਇਹਨਾਂ ਨੂੰ ਦਿਨੇ ਤਾਰੇ ਵਿਖਾਉਂਦਾ ਕਿੱਦਾਂ। ਬਾਦਸ਼ਾਹ ਦੇ ਕੋਲੋਂ ਲਈ ਆ ਫੌਜ, ਲੈ ਕੇ ਅਸਲਾ, ਮਾਰ ਕੇ ਨਗਾਰੇ ਤੇ ਚੋਟਾਂ, ਇਹਨੇ ਹੁਣ ਘੱਤ ਦਿੱਤੀ ਵਹੀਰ ਸ੍ਰੀ ਆਨੰਦਪੁਰ ਸਾਹਿਬ ਵੱਲੇ। ਜਦੋਂ ਆਨੰਦਪੁਰ ਸਾਹਿਬ ਵੱਲੇ ਚੜਿਆ ਤੇ ਰਸਤੇ ਦੇ ਵਿੱਚ ਇੱਕ ਪਿੰਡ ਆਇਆ ਜਿਹਦਾ ਨਾਮ ਆ ਜੀ ਸਡੌਰਾ। ਸਡੌਰਾ ਪਿੰਡ ਇਹ ਬੜਾ ਪ੍ਰਸਿੱਧ ਪਿੰਡ ਆ, ਇਹ ਨਗਰ ਬੜਾ ਪ੍ਰਸਿੱਧ ਆ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਤਾਂ ਪ੍ਰਾਪਤ ਕਰੀਆਂ ਤੇ ਬੰਦਾ ਸਿੰਘ ਬਹਾਦਰ ਦੀ ਸਭ ਤੋਂ ਪਹਿਲੀ ਜਿੱਤ ਆ ਸਡੌਰੇ ਦੀ। ਸਡੌਰਾ, ਸਮਾਣਾ, ਚੱਪੜਚਿੜੀ, ਪਾਣੀਪਤ, ਬਨੂੜ, ਸਰਹੰਦ, ਇਹ ਸਡੌਰੇ ਨਗਰ ਦੇ ਵਿੱਚ ਆ ਕੇ ਇਹਨੇ ਪੜਾਅ ਕੀਤਾ। ਤੇ ਪੜਾਅ ਕੀਤਾ ਕਿਉਂ? ਇਸ ਸਡੌਰੇ ਨਗਰ ਦੇ ਵਿੱਚ ਇਹਦੀ ਸਕੀ ਭੈਣ ਰਹਿੰਦੀ ਆ, ਭੈਣ ਨਸੀਰਾਂ। ਇਹ ਭੈਣ ਨਸੀਰਾਂ ਵਿਆਹੀ ਕਿਹਦੇ ਨਾਲ ਆ? ਅਸਾਂ ਸਾਰਿਆਂ ਨੇ ਨਾਂ ਸੁਣਿਆ, ਬੜਾ ਪ੍ਰਸਿੱਧ ਨਾਮ ਆ ਪੀਰ ਬੁੱਧੂ ਸ਼ਾਹ। ਇਹਨਾਂ ਦਾ ਪੂਰਾ ਨਾਮ ਆ ਪੀਰ ਬਦਰੂਦੀਨ। ਭੰਗਾਣੀ ਦੀ ਜੰਗ ਦੇ ਵਿੱਚ ਪੀਰ ਬੁੱਧੂ ਸ਼ਾਹ ਆਪਣੇ ਨਾਲ 700 ਮਰੀਦ ਲੈ ਕੇ ਗਿਆ, ਆਪਣੇ ਦੋਵੇਂ ਪੁੱਤਰ ਲੈ ਕੇ ਗਿਆ, ਆਪਣੇ 4 ਪੁੱਤਰ ਲੈ ਕੇ ਗਿਆ ਤੇ 2 ਭਰਾਈ ਲੈ ਕੇ ਗਿਆ। ਇਸ ਭੰਗਾਣੀ ਦੀ ਜੰਗ ਦੇ ਵਿੱਚ ਪੀਰ ਬੁੱਧੂ ਸ਼ਾਹ ਨੇ ਆਪਣਾ 400 ਮਰੀਦ ਸ਼ਹੀਦ ਕਰਵਾਇਆ, ਆਪਣੇ 4 ਪੁੱਤਾਂ ਦੇ ਵਿੱਚੋਂ 2 ਪੁੱਤਰ ਸ਼ਹੀਦ ਕਰਵਾਏ, ਆਪਣੇ 2 ਭਾਈਆਂ ਨੂੰ ਸ਼ਹੀਦ ਕਰਵਾਇਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲੋਂ ਬਖਸ਼ਿਸ਼ ਕੀ ਲਈ? ਹਜ਼ੂਰ ਬੈਠੇ ਕੇਸ ਹਰੇ ਕਰ ਰਹੇ ਸਨ, ਕੰਘਾ ਕਰ ਰਹੇ ਸਨ ਕੇਸਾਂ ਨੂੰ, ਤੇ ਹੱਥ ਜੋੜੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੁੱਧੂ ਸ਼ਾਹ ਕੁਝ ਮੰਗ। ਤੇ ਹੱਥ ਜੋੜ ਕੇ ਕਹਿੰਦਾ ਮਹਾਰਾਜ ਜੀ ਮੰਗਣਾ ਕੀ ਆ, ਜੇ ਬਹੁਤੇ ਪ੍ਰਸੰਨ ਹੋਏ ਹੋ ਤੇ ਹਾਂ ਜਿਹੜਾ ਤੁਹਾਡੇ ਹੱਥ 'ਚ ਕੰਘਾ ਮਹਾਰਾਜ ਜੀ ਸਮੇਤ ਕੇਸਾਂ ਮੇਰੀ ਝੋਲੀ ਪਾ ਦਿਓ। ਉਸ ਪੀਰ ਬੁੱਧੂ ਸ਼ਾਹ ਦੀ ਬੇਗਮ ਭੈਣ ਨਸੀਰਾਂ ਆਪਣੀ ਭੈਣ ਦੇ ਘਰੇ ਇਹਨ ਪੜਾ ਕੀਤਾ। ਹੁਣ ਪੜਾ ਕੀਤਾ, ਭੈਣ ਨੇ ਜਲ ਪਾਣੀ ਛਕਾਇਆ ਪ੍ਰੇਮ ਦੇ ਨਾਲ, ਤੇ ਸੁਭਾਵਕ ਪੁੱਛਦੀ ਕਹਿੰਦੀ ਵੀਰ ਤੂੰ ਫੌਜਾਂ ਦਾ ਜਰਨੈਲ ਆ ਤੇ ਅੱਜ ਕਿਹੜੇ ਪਾਸੇ ਚੜ੍ਹਾਈ ਕੀਤੀ ਓ? ਤੇ ਕਹਿੰਦਾ ਭੈਣ ਚੜ੍ਹਾਈ ਕਾਹਨੂੰ ਕਰਨੀ ਆ,
ਆ ਤੇਰੇ ਕੋਲ ਇੱਕ ਫਕੀਰ ਰਹਿੰਦਾ, ਫਕੀਰ ਇਹਦੇ ਖੱਬੇ ਹੱਥ ਦੀ ਮੇਰੀ ਖੇਡ ਆ, ਤੁਰੇ ਤੁਰੇ ਜਾਂਦਿਆਂ ਨੂੰ ਫੜ ਲੈਣਾ। ਭੈਣ ਕਹਿੰਦੀ ਵੀਰ ਮੈਂ ਤੇਰੀ ਖੈਰ ਮੰਗਾਂ, ਤੇਰੀ ਦੁਆ ਕਰਾਂ, ਤੇਰੀ ਸੁੱਖ ਮੰਗਾਂ, ਮੈਨੂੰ ਦੱਸ ਦੇ ਸਹੀ ਉਹ ਫਕੀਰ ਹੈ ਕਿਹੜਾ। ਤੇ ਕਹਿਣ ਲੱਗਾ ਆਹ ਤੇਰੇ ਕੋਲ ਹੀ ਰਹਿੰਦਾ ਗੋਬਿੰਦ ਸਿੰਘ। ਇੰਨੀ ਗੱਲ ਕਹਿਣ ਦੀ ਡੇਰ ਸੀ, ਭੈਣ ਦੇ ਹੱਥ ਵਿਚਲਾ ਫੜਿਆ ਹੋਇਆ ਭਾਂਡਾ ਜ਼ਮੀਨ ਤੇ ਡਿੱਗਾ, ਤੇ ਭੈਣ ਦੇ ਇਉਂ ਜਾਪਿਆ ਜਿਵੇਂ ਥੱਲਿਓਂ ਜ਼ਮੀਨ ਵੇਲ ਦਿੰਦੀ ਆ। ਹੁਣ ਇਹਨੂੰ ਇਸੇ ਤਰ੍ਹਾਂ ਬੜਾ ਡਰ ਲੱਗਾ, ਤੇ ਭੈਣ ਨਸੀਰਾਂ ਦਾ ਅੰਦਰ ਡੋਲਿਆ ਵੀ ਹੈ ਉਸ ਗੁਰੂ ਗੋਬਿੰਦ ਸਿੰਘ ਤੇ ਚੜ ਕੇ ਚੱਲਿਆ। ਜਿਸ ਗੁਰੂ ਗੋਬਿੰਦ ਸਿੰਘ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਆਪਣੀਆਂ ਪੰਜ ਨਮਾਜ਼ਾਂ ਅਦਾ ਕਰਦੀਆਂ। ਮੁਸਲਮਾਨੀ ਮਤ ਦੀਆਂ ਪੰਜ ਨਮਾਜ਼ਾਂ ਨੇ ਫਜ਼ਰ, ਜ਼ੋਹਰ, ਅਸਰ, ਮਗਰਬੇ ਤੇ ਇੱਛਾ। ਇਹਨਾਂ ਪੰਜਾਂ ਨਮਾਜ਼ਾਂ ਦਾ ਜ਼ਿਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ 'ਚ ਹੈ। ਪੰਜ ਨਮਾਜ਼ਾਂ ਵਖਤ ਪੰਜ, ਪੰਜੇ ਪੰਜਾਂ ਨਾਓਂ, ਪਹਿਲਾ ਸੱਚ, ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ। ਇਹ ਪੰਜੇ ਨਮਾਜ਼ਾਂ ਗੁਰਕਲਗੀਧਰ ਸਤਿਗੁਰਾਂ ਦੇ ਸਾਹਮਣੇ ਕਰਦੀ ਆ, ਇਹਦਾ ਅੰਦਰ ਡੋਲਿਆ ਤੇ ਆਪਣੇ ਭਰਾ ਨੂੰ ਸਮਝਾਉਣ ਵਾਸਤੇ ਚੰਦ ਕੁ ਬਚਨ ਵਰਤਦੀ ਆ। ਕਹਿੰਦੀ ਵੀਰਾ, ਹੁਣ ਆਪਣੇ ਭਰਾ ਨੂੰ ਕਹਿ ਰਹੀ ਆ ਭੈਣ, ਕਹਿੰਦੀ ਵੀਰ ਅਜੇ ਤੱਕ ਮੈਂ ਸੁਣਿਆ ਕਿ ਜਿਹੜਾ ਵੀ ਗੋਬਿੰਦ ਸਿੰਘ ਤੇ ਚੜ ਕੇ ਗਿਆ ਉਹ ਕਦੇ ਜਿਉਂਦਾ ਵਾਪਸ ਨਹੀਂ ਮੁੜਿਆ। ਮੁੜ ਜਾ ਵੀਰਾ ਮਨ ਦੁਹਾਈ, ਭੈਣ ਕਹੇ ਲੜ ਫੜ ਕੇ, ਦੱਸ ਖਾਂ ਚੰਨਾ ਕੀ ਲੈਣਾ ਈ, ਨਾਲ ਫਕੀਰਾਂ ਲੜ ਕੇ। ਕਹਿੰਦੇ ਅੱਜ ਤੱਕ ਕੋਈ ਨਾ ਮੁੜਿਆ ਕਲਗੀਧਰ ਨਾਲ ਅੜ ਕੇ, ਅੱਲਾ ਬਖਸ਼ੀ ਨਾ ਜਾ ਜੀਵੇ ਆਨੰਦਪੁਰੀ ਤੇ ਚੜ ਕੇ। ਹੁਣ ਭੈਣ ਨਸੀਰਾ ਆਪਣੇ ਭਰਾ ਦੇ ਵਾਲ ਤੇ ਕਿਵੇਂ ਵਾਸਤਾ ਪਾ ਰਹੀ ਆ? ਗੁਰੂ ਕਲਗੀਧਰ ਮਹਾਰਾਜ ਜੀ ਵਾਲੇ ਪਾਸੇ ਜਾਣ ਤੋਂ ਜਿਵੇਂ ਰੋਕ ਰਹੀ ਆ, ਉਸ ਸਮੇਂ ਦੇ ਸੀਨ ਨੂੰ ਪੰਜਾਬ ਦੀਆਂ ਬੁਲੰਦ ਆਵਾਜ਼ਾਂ, ਹੀਰਾ ਸਿੰਘ ਪੰਨੂ, ਮੁਗਲ ਚੱਕ ਪੰਨੂਆਂ, ਆਵਾਜ਼ ਏ ਪੰਜਾਬ ਜਤਿੰਦਰਜੀਤ ਸਿੰਘ ਪੰਛੀ, ਇਉਂ ਬਿਆਨ ਕਰ। ਅਜ ਮਾਂ ਨੇ ਪੁੱਤ ਪੈਦਾ ਕੀਤਾ ਨਹੀਂ ਜਹਾਨ ਵਿੱਚ, ਫੜੇ ਜੋ ਗੋਬਿੰਦ ਸਿੰਘ ਸ਼ੇਰ, ਕਾਦਰ ਕਰੀਮ ਆਪ ਰਵੇ ਅੰਗ ਸੰਗ ਜੀ ਦੇ, ਤੀਰ ਅੰਦਾਜੀ ਦਾ ਪਲੇਰ, ਗੁਰੂ ਬਾਜਾਂ ਵਾਲਾ ਤੀਰ ਅੰਦਾਜੀ ਦਾ ਪਲੇਰ। ਕੀਤਾ ਜਿੰਨੇ ਰੱਬ ਨਾ ਪਿਆਰ ਪਾ ਕੇ, ਜੱਗ ਕਰੇ ਜੀ ਦਾ ਸਤਕਾਰ, ਬਾਜਾਂ ਵਾਲੇ ਗੁਰੂ ਨੂੰ ਨਹੀਂ ਜੰਮਿਆ ਫੜਨ ਵਾਲਾ, ਖਾਵੇਂਗਾ ਮੈਦਾਨ ਵਿੱਚ ਹਾਰ, ਵੀਰਾ ਮੇਰੇ ਆਵੇ ਖਾਵੇਂਗਾ ਮੈਦਾਨ ਵਿੱਚ ਹਾਰ। ਹਾਂ ਆਇਆ ਹੈ ਸੁਹਾਰਾ ਬਣ ਇੱਥੇ ਬੇਸਹਾਰਿਆਂ ਦਾ, ਕੀਤੇ ਲੋਕ ਭਰਮਾਂ ਤੋਂ ਦੂਰ, ਚੁੱਕਦਾ ਲਤਾੜਿਆਂ ਨੂੰ ਬੁੱਢੇ ਰਜਵਾੜਿਆਂ ਨੂੰ, ਨਾਮ ਬਾਣੀ ਵਿੱਚ ਭਰਪੂਰ, ਗੁਰੂ ਬਾਜਾਂ ਵਾਲਾ ਨਾਮ ਬਾਣੀ ਵਿੱਚ ਭਰਪੂਰ। ਫਿਰੂ ਜੱਗ ਚ ਅਖਬਾਰ, ਬਾਜਾਂ ਵਾਲੇ ਨੂੰ ਨਹੀਂ ਕੋਈ ਜੰਮਿਆ ਫੜਨ ਵਾਲਾ, ਖਾਵੇਂਗਾ ਮੈਦਾਨ ਵਿੱਚ ਹਾਰ, ਵੀਰਾ ਮੇਰੇ ਆਵੇ
ਖਾਵੇਂਗਾ ਮੈਦਾਨ ਵਿੱਚ ਹਾਰ। ਉਥੇ ਹੰਕਾਰੀ ਬਣ ਮੁੜੂਗਾ ਜ਼ਰੂਰ ਮੂੰਹ ਦਿਖਾ, ਵੀਰਾ ਮੇਰੇ ਆਵੇ ਮੁੜੂਗਾ ਜ਼ਰੂਰ ਮੂੰਹ ਦਿਖਾ। ਨੀਵੀਆਂ ਮਨਾਂ ਨੂੰ ਫਲ ਮਿੱਠੀ ਗੁਰਬਾਣੀ ਕਹਿੰਦੀ, ਵੇਖ ਲੈ ਤੂੰ ਕਰ ਕੇ ਵਿਚਾਰ, ਬਾਜਾਂ ਵਾਲੇ ਨੂੰ ਨਹੀਂ ਕੋਈ ਜੰਮਿਆ ਫੜਨ ਵਾਲਾ, ਖਾਵੇਂਗਾ ਮੈਦਾਨ ਵਿੱਚ ਹਾਰ। ਵੀਰਾ ਮੇਰੇ ਆਵੇ ਖਾਵੇਂਗਾ ਮੈਦਾਨ ਵਿੱਚ ਹਾਰ। ਕਿਸੇ ਨੂੰ ਡਰਾਉਂਦਾ ਨਹੀਂ ਤੇ ਆਪ ਡਰ ਮੰਨਦਾ ਨਹੀਂ, ਐਸਾ ਮੇਰਾ ਗੁਰੂ ਗਮ ਖਾਰਾ। ਰਹਿਮਤਾਂ ਦਮੀ ਜੀ ਦੇ ਤਾਰੇ ਉੱਤੇ ਵਸਦਾ ਹੈ, ਕਾਮੇ ਕਿਰਤੀਆਂ ਦਾ ਗੁਰੂ ਬਾਜਾਂ ਵਾਲਾ, ਕਾਮੇ ਕਿਰਤੀਆਂ ਦਾ ਪੈਰੋਕਾਰ। ਇਹ ਜਨਮਾਂ ਦਾ ਰੋਂਦਾ ਜਿਹੜਾ ਹੱਸਦਾ ਆਉਂਦਾ ਉਥੋਂ, ਸੱਚਾ ਸੁੱਚਾ ਉਹਦਾ ਦਰਬਾਰ। ਜਨਮਾਂ ਦਾ ਰੋਂਦਾ ਹੱਸਦਾ ਆਉਂਦਾ ਉਥੋਂ, ਸੱਚਾ ਸੁੱਚਾ ਜੀ ਦਾ ਦਰਬਾਰ। ਬਾਜਾਂ ਵਾਲੇ ਨੂੰ ਨਹੀਂ ਕੋਈ ਜੰਮਿਆ ਫੜਨ ਵਾਲਾ, ਖਾਵੇਂਗਾ ਮੈਦਾਨ ਵਿੱਚ ਹਾਰ। ਵੀਰਾ ਮੇਰੇ ਆਵੇ ਖਾਵੇਂਗਾ ਮੈਦਾਨ ਵਿੱਚ ਹਾਰ। ਹਾਂ ਖੋਟੇ ਪਾਗਾਂ ਵਾਲਿਆਂ ਨੀ ਹੀਰੇ ਦੀ ਕਦਰ ਤੈਨੂੰ, ਕੀਤੇ ਲੋਭ ਲਾਲਚਾਂ ਨੇ ਚੂਰਾ। ਨਰਕਾਂ ਦਾ ਪਾਂਧੀ ਬਣੇ ਗੁਰੂ ਦਾ ਵਿਰੋਧ ਕਰੇ, ਸੰਗਤਾਂ ਚ ਹੋ ਕੇ ਮਗਰੂਰ। ਵੀਰਾ ਮੇਰੇ ਆਵੇ ਸੰਗਤਾਂ ਚ ਹੋ ਕੇ ਮਗਰੂਰ। ਛਿਮੇਸ਼ ਵੱਲੇ ਵੇ ਦਰਗਾਹ ਚ ਹੋਵੇਂਗਾ ਖਵਾਰ। ਮਾਰ ਕੇ ਨਗਾਰੇ ਚੋਟਾਂ ਆਇਓ ਦਛਮੇਸ਼ ਵੱਲੇ, ਦਰਗਾਹ ਚ ਹੋਵੇਂਗਾ ਖਵਾਰ। ਬਾਜਾਂ ਵਾਲੇ ਨੂੰ ਨਹੀਂ ਕੋਈ ਜੰਮਿਆ ਫੜਨ ਵਾਲਾ, ਖਾਵੇਂਗਾ ਮੈਦਾਨ ਵਿੱਚ ਹਾਰ। ਵੀਰਾ ਮੇਰੇ ਆਵੇ ਖਾਵੇਂਗਾ ਮੈਦਾਨ ਵਿੱਚ ਹਾਰ। ਹਾਂ ਦੁਨੀਆਂ ਦੀ ਦੌਲਤ ਨਮਾਜ਼ ਕਰੇ ਗੁਰੂ ਜੀ ਨੂੰ, ਹੱਥ ਬੰਨ ਹੈਂਕੜੀ ਖਲੋਣਾ। ਪ੍ਰਭੂ ਦਾ ਪਿਆਰਾ ਹੈ ਦੁਲਾਰਾ ਮਾਤਾ
ਗੁਜ਼ਰੀ ਦਾ ਅੱਲਾ ਨੇ ਇਲਾਹੀ ਕੀਤੀ ਚੋਣ ਮੇਰੇ ਗੁਰੂ ਜੀ ਦੀ ਅੱਲਾ ਨੇ ਇਲਾਹੀ ਕੀਤੀ ਚੋਣ ਦੁਖੀ ਅਤੇ ਖੁਸ਼ੀ ਗਮੀ ਆ ਕੇ ਜੀ ਦੇ ਦਾਰੀ ਉੱਤੇ ਭੁੱਲ ਜਾਂਦਾ ਸਾਰਾ ਸੰਸਾਰ ਬਾਜਾਂ ਵਾਲੇ ਨੂੰ ਨਹੀਂ ਕੋਈ ਜੰਮਿਆ ਫੜਨ ਵਾਲਾ ਖਾਵੇਂਗਾ ਮੈਦਾਨ ਵਿੱਚ ਹਾਰ ਵੇ ਵੀਰਿਆ ਖਾਵੇਂਗਾ ਮੈਦਾਨ ਵਿੱਚ ਹਾਰ ਹਾਂ ਆਖੇ ਲੱਗ ਮੇਰੇ ਵੀਰਾ ਸੁੱਟ ਹਥਿਆਰ ਹੱਥੋਂ ਫੜ ਲੈ ਗੁਰੂ ਦੇ ਜਾ ਕੇ ਪੈਰ ਵੀਰਾ ਆਖੇ ਲੱਗ ਮੇਰੇ ਵੀਰਾ ਸੁੱਟ ਹਥਿਆਰ ਹੱਥੋਂ ਫੜ ਲੈ ਗੁਰੂ ਦੇ ਜਾ ਕੇ ਪੈਰ ਨਰਕਾਂ ਨੂੰ ਜਾਵੇਂਗਾ ਤੇ ਕੁਲ ਬਰਬਾਦ ਹੋ ਰਹਿਣੀ ਨਹੀਂ ਓ ਜ਼ਿੰਦਗੀ ਦੀ ਖੈਰ ਵੀਰਾ ਮੇਰੇ ਆਵੇ ਰਹਿਣੀ ਨਹੀਂ ਓ ਜ਼ਿੰਦਗੀ ਦੀ ਖੈਰ ਮਸਤਾਂ ਦਾ ਸਾਥੀ ਤੇ ਨਿਸ਼ਾਨ ਸੱਚੀ ਆਈ ਦਾ ਓ ਮਸਤਾਂ ਦਾ ਸਾਥੀ ਤੇ ਨਿਸ਼ਾਨ ਸੱਚੀ ਆਈ ਦਾ ਹੈ ਕਹਿੰਦਾ ਗੁਰ ਕੀਰਤ ਪਕਾਰ ਬਾਜਾਂ ਵਾਲੇ ਨੂੰ ਨਹੀਂ ਕੋਈ ਜੰਮਿਆ ਫੜਨ ਵਾਲਾ ਖਾਵੇਂਗਾ ਮੈਦਾਨ ਵਿੱਚ ਹਾਰ ਵੀਰਾ ਮੇਰੀ ਆਵੇ ਖਾਵੇਂਗਾ ਮੈਦਾਨ ਵਿੱਚ ਹਾਰ ਵੀਰਾ ਮੇਰੀ ਆਵੇ ਖਾਵੇਂਗਾ ਮੈਦਾਨ ਵਿੱਚ ਹਾਰ ਹੁਣ ਭੈਣ ਨਸੀਰਾ ਆਪਣੇ ਭਰਾ ਸੈਦ ਖਾਨ ਨੂੰ ਸਮਝਾ ਰਹੀ ਪਰ ਕਿਧਰੇ ਕਿਧਰੇ ਵੇਖਣ ਵਿੱਚ ਇਹ ਮਿਲਦਾ ਕਿ ਜਿਹੜੀ ਭਲੇ ਦੀ ਗੱਲ ਆ ਉਹ ਕਈ ਵਾਰੀ ਫਿੱਟ ਨਹੀਂ ਬਹਿੰਦੀ ਸਿਆਣਿਆਂ ਦਾ ਬੋਲ ਆ ਨਾ ਵੀ ਖੋਤੇ ਨੂੰ ਘਿਓ ਦਿੱਤਾ ਤੇ ਉਹ ਕਹਿੰਦਾ ਮੇਰਾ ਆਖੇ ਕੰਨ ਨਾ ਮਰੋੜ ਇਹਦੇ ਨਾਲ ਬਣੀ ਆ ਜੀ ਉਹ ਗੱਲ ਭੈਣ ਨਸੀਰਾ ਇਹਦੇ ਖਾਨੇ ਪਾ ਰਹੀ ਆ ਕਿ ਅੱਜ ਤੱਕ ਕੋਈ ਜੰਮਿਆ ਨਹੀਂ ਜਿਹੜਾ ਦਸਵੇਂ ਮਹਾਰਾਜ ਤੇ ਚੜ੍ਹਾਈ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਜਿੱਤ ਸਕੇ ਪਰ ਇਹਦੇ ਖਾਨੇ ਹੁਣ ਗੱਲ ਉਹ ਪਈ ਨਾ ਤੇ ਉਲਟਾ ਜਦੋਂ ਭੈਣ ਨਸੀਰਾ ਨੇ ਸਮਝਾਇਆ ਇਹ ਆ ਜੀ ਅਹੰਕਾਰੀ ਮਨੁੱਖ ਜਦੋਂ ਚਾਰ ਕੁ ਛਿੱਲੜਾਂ ਕੋਲ ਹੋਣ ਉਮਰ ਹੋਵੇ ਜਵਾਨੀ ਦੀ ਮੁੱਛਾਂ ਨੂੰ ਹੋਵੇ ਤਾ ਤੇ ਫਿਰ ਸਿੱਧੀ ਗੱਲ ਤੇ ਫਿੱਟ ਬਹਿੰਦੀਓ ਹੀ ਕੋਈ ਨੀ ਫਿਰ ਬਹਿੰਦੀਆਂ ਉਹ ਜਿਹੜੀਆਂ ਸਿਰੇ ਦੇ ਊਤ ਪੁਣੇ ਵਾਲੀਆਂ ਗੱਲਾਂ ਹੋਣ ਤਾਂ ਹੀ ਤੇ ਮਹਾਰਾਜ ਜੀ ਕਹਿੰਦੇ ਮਾਇਆ ਧਾਰੀ ਅੱਤ ਅੰਨਾ ਬੋਲਾ ਸ਼ਬਦ ਨਾ ਸੁਣਾਈ ਬਹਰੋਲ ਕਚੋਲਾ ਹੁਣ ਇਹਨੂੰ ਗੱਲਾਂ ਫਿੱਟ ਨਾ ਬੈਠੀਆਂ ਭੈਣ ਬੜਾ ਸਮਝਾ ਰਹੀ ਆ ਪਰ ਅਹੰਕਾਰ ਦੇ ਵਸ ਹੋ ਕੇ ਇਹ ਆਪਣੀ ਭੈਣ ਦੇ ਘਰੋਂ ਬਾਹਰ ਨਿਕਲਿਆ ਕਹਿੰਦਾ ਮੈਂ ਤੇ ਸੋਚਦਾ ਸਾਂ ਕਿ ਅੱਜ ਦੀ ਰਾਤ ਆਪਣੀ ਭੈਣ ਕੋਲ ਕੱਟਾਂਗਾ ਮਨ ਪ੍ਰਸੰਨ ਹੋਵੇਗਾ ਬੜੀ ਖੁਸ਼ੀ ਦੇ ਨਾਲ ਇਸ ਮੁਹਿੰਮ ਨੂੰ ਫਤਿਹ ਕਰਾਂਗਾ ਪਰ ਭੈਣ ਆ ਜਿਹੜੀਆਂ ਗੱਲਾਂ ਤੂੰ ਕਰ ਦਿੱਤੀਆਂ ਮੇਰਾ ਤੇ ਦਿਲ ਕਰਦਾ ਇੱਕ ਮਿੰਟ ਵੀ ਤੇਰੇ ਘਰ ਨਾਲ ਰੁਕਾਂ ਉਸੇ ਵੇਲੇ ਆਪਣੀਆਂ ਫੌਜਾਂ ਨੂੰ ਆਖ ਕੇ
ਤੰਬੂ ਪਟਾ ਕੇ ਮਾਰ ਕੇ ਹੱਲਾ ਹੁਣ ਅਗਾਂਹ ਨੂੰ ਤੁਰ ਲੱਗਾ ਤੇ ਭੈਣ ਨਸੀਰਾਂ ਮੈਂ ਬੇਨਤੀ ਕਰਾਂ ਮੈਂ ਬਹੁਤਾ ਸਮਾਂ ਨਹੀਂ ਇੱਕ ਛੰਦ ਹੋਰ ਲਾ ਕੇ ਤੇ ਖਿਮਾਂ ਬਸ ਇਹੋ ਛੰਦ ਲਾ ਕੇ ਖਿਮਾਂ ਹੁਣ ਭੈਣ ਨਸੀਰਾਂ ਜਿਹਦਾ ਦਸਵੇਂ ਮਹਾਰਾਜ ਗੁਰੂ ਕਲਗੀਧਰ ਸਤਿਗੁਰਾਂ ਦੇ ਚਰਨਾਂ ਨਾਲ ਬੜਾ ਸਨੇਹ ਆ ਮੈਂ ਬੇਨਤੀ ਕਰਾਂ ਹੱਥ ਜੋੜ ਕੇ ਜਿਹੜਾ ਸਿੱਖ ਧਰਮ ਸਿੱਖ ਪੰਥ ਆ ਸਾਡਾ ਭਾਈ ਕਿਸੇ ਨਾਲ ਕੋਈ ਬੈਰ ਨਹੀਂ ਅਸੀਂ ਤੇ ਉਸ ਗ੍ਰੰਥ ਤੇ ਉਸ ਪੰਥ ਦੇ ਪੈਰੋਕਾਰ ਆ ਜਿਹੜਾ ਸਾਨੂੰ ਇਹ ਕਹਿੰਦਾ ਸਭੇ ਸਾਂਝੀ ਵਾਲ ਸਦਾਇਨ ਤੋਂ ਕਿਸੇ ਨਾ ਦਿਸੈ ਬਾਹਰਾ ਜੀਓ ਅਸੀਂ ਤੇ ਹਰ ਰੋਜ਼ ਬੇਨਣਾ ਗਾ ਇਹ ਪੜ੍ਹਦੇ ਹਾਂ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਅਸੀਂ ਤੇ ਇਹ ਬੋਲ ਪੜ੍ਹਦੇ ਹਾਂ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਗੋਸਈਆਂ ਕੋਈ ਅੱਲਾਹੇ ਕਿਰਪਾ ਧਾਰ ਰਹੀਮ ਅਸੀਂ ਉਸ ਧਰਮ ਦੇ ਪੈਰੋਕਾਰ ਆ ਇੱਥੇ ਕੋਈ ਹਿੰਦੂ ਆ ਜੇ ਕੋਈ ਮੁਸਲਮਾਨ ਆ ਜੇ ਕੋਈ ਸਿੱਖ ਜੈਨੀ ਬੋਧੀ ਈਸਾਈ ਜਿਹੜਾ ਮਰਜ਼ੀ ਆ ਜੇ ਉਹਨੂੰ ਉਹ ਹੀ ਆਨੰਦ ਮਿਲੇਗਾ ਜਿਹੜਾ ਸਿੱਖ ਨੂੰ ਮਿਲੇਗਾ ਸਿੱਖ ਦੀ ਇੱਥੇ ਵਿਸ਼ੇਸ਼ਤਾ ਕੋਈ ਨਹੀਂ ਤੇ ਦੂਸਰੇ ਕਿਸੇ ਧਰਮ ਦਾ ਅਪਮਾਨ ਕੋਈ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਭੌਰਾ ਰੂਪ ਵਿੱਚ ਭੈਣ ਨਸੀਰਾਂ ਬੜਾ ਸਨੇਹ ਗੁਰੂ ਕਲਗੀਧਰ ਸਤਿਗੁਰਾਂ ਦੇ ਨਾਲ ਤੇ ਹੁਣ ਆਪਣੇ ਘਰ ਦੇ ਵਿੱਚੋਂ ਨਿਕਲੇ ਹੋਏ ਭਰਾ ਦੇ ਬਾਰੇ ਸੋਚ ਕੇ ਭੈਣ ਨਸੀਰਾਂ ਹੁਣ ਚੌਂਕੜਾ ਮਾਰ ਕੇ ਬੈਠੀ ਤੇ ਭੈਣ ਨਸੀਰਾਂ ਨੇ ਨੇਤਰ ਕਰੇ ਨੇ ਬੰਦ ਨੇਤਰ ਮੂੰਦੇ ਹੋਏ ਨੇ ਮੈਂ ਤੇ ਕਈ ਵਾਰੀ ਏਦਾਂ ਸਮਝਦਾ ਕਿ ਜਿਨ੍ਹਾਂ ਦਾ ਮਾਲਕ ਨਾਲ ਸਨੇਹ ਹੁੰਦਾ ਨਾ ਜੀ ਉਹਦੇ ਨੇਤਰ ਬੰਦ ਕਰਕੇ ਮਾਂ ਨਾ ਕਰੋ ਵੀ ਆਪਣੇ ਮੁਰਸ਼ਦ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਬਿਠਾ ਲੈਣ ਉਹਨਾਂ ਦੇ ਕੋਲ ਇੰਨੀ ਅਥਾਰਟੀ ਆ ਤਾਂ ਹੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਹੋਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ ਜਿਹੜੇ ਪਰਮੇਸ਼ਰ ਦੇ ਨਜ਼ੀਕ ਨੇ ਉਹ ਕਦੇ ਰੌਲਾ ਨਹੀਂ ਪਾਉਂਦੇ ਫਿਰਦੇ ਭੈਣ ਨਸੀਰਾਂ ਨੇ ਨੇਤਰ ਕਰੇ ਬੰਦ ਤੇ ਇੱਕ ਮਿੰਟ ਵਾਸਤੇ ਇਵੇਂ ਸਮਝੋ ਵੀ ਧੰਨ ਗੁਰੂ ਕਲਗੀਧਰ ਮਹਾਰਾਜ ਭੈਣ ਨਸੀਰਾਂ ਦੇ ਜਮਾਂ ਹੀ ਕੋਲ ਬੈਠੇ ਨੇ ਤੇ ਹੁਣ ਆਪਣੇ ਭਰਾ ਦੀ ਮੰਗਣੀ ਆ ਸੁੱਖ ਭੈਣ ਨੇ ਹੁਣ ਭੈਣ ਨਸੀਰਾਂ ਨਹੀਂ ਚਾਹੁੰਦੀ ਕਿ ਇਹ ਦਸਵੇਂ ਮਹਾਰਾਜ ਦੇ ਸਾਹਮਣੇ ਜਾਵੇ ਤੇ ਮੌਤ ਦੇ ਘਾਟ ਉਤਾਰਿਆ ਜਾਵੇ ਭੈਣ ਨਸੀਰਾਂ ਨੇ ਨੇਤਰ ਬੰਦ ਕਰੇ ਹੱਥ ਜੋੜੇ ਤੇ ਮਾਨ ਨਾ ਕਰੋ ਵੀ ਸਤਿਗੁਰੂ ਜੀ ਸਾਹਮਣੇ ਤੇ ਹੱਥ ਜੋੜ ਕੇ ਕਹਿੰਦੀ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ ਇਹ ਜਾਣਦੀ ਹਾਂ ਅੱਜ ਤੱਕ ਜਿਹੜਾ ਵੀ ਚੜ ਕੇ ਆਇਆ ਉਹ ਝੜ ਕੇ ਗਿਆ ਕਿਉਂਕਿ ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ ਇੱਥੇ ਤਰੇਗਾ ਉਹ ਜਿਹੜਾ ਨਿਮਰਤਾ ਦੇ ਨਾਲ ਆਵੇਗਾ ਤਾਂ ਹੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬਚਨ ਵਰਤਿਆ ਸਿਮਲ ਰੁੱਖ ਸਰਾਏਰਾ ਅਤ ਦੀਰਘ ਅਤ ਮੋਚ ਓਏ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿੱਤ ਫਲ ਫਿੱਕੇ ਫੁੱਲ ਬਕ ਬਕੇ ਕਾਮਣਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਭੈਣ ਨਸੀਰਾ ਦਸਵੇਂ ਮਹਾਰਾਜ ਨੂੰ ਸਾਹਮਣੇ ਬਿਠਾ ਕੇ ਕਹਿੰਦੀ ਮਹਾਰਾਜ ਜੀਓ ਮੈਂ ਕਹਿੰਦੀ ਆ ਕਿ ਮੇਰਾ ਵੀਰ ਤੁਹਾਡੇ ਵੱਲੇ ਚੜਿਆ ਆ ਰਿਹਾ ਜੇ ਤੇ ਮਹਾਰਾਜ ਜੀ ਇਹਦੇ ਹੁਣ ਅੰਦਰ ਦਾ ਅਹੰਕਾਰੀ ਜਿਹੜਾ ਪਠਾਨ ਆ ਜਰਨੈਲ ਆ ਜਿਹੜੇ ਇਹਦੇ ਅੰਦਰ ਦਾ ਸੈਦ ਖਾਨ ਮਹਾਰਾਜ ਜੀ ਇਹਨੂੰ ਮਾਰ ਮਕਾਓ ਇਹਦੇ ਅੰਦਰ ਦੇ ਅਹੰਕਾਰ ਨੂੰ ਚੂਰ ਕਰ ਦਿਓ ਤੇ ਇੱਕ ਮਿੰਟ ਵਾਸਤੇ ਇਵੇਂ ਮੰਨ ਲਓ ਜਿਵੇਂ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਨਸੀਰਾਂ ਜੇ ਕਵੇਂ ਤੇ ਇਹਨੂੰ ਦਮਾਲੇ ਦੇ ਚੱਕਰ ਨਾਲ ਮਾਰ ਦਈਏ ਤੇ ਨਸੀਰਾਂ ਨੇ ਹੱਥ ਜੋੜੇ ਮਹਾਰਾਜ ਜੀ ਨਾ ਹੋ ਸਕਦਾ ਸੁਦਰਸ਼ਨ ਚੱਕਰ ਦੇ ਚਾਰ ਫੇਰੇ ਘੱਟ ਆਉਣ ਪਰ ਮਹਾਰਾਜ ਜੀ ਤੁਹਾਡੇ ਹੱਥ ਤੇ ਘੁੰਮਿਆ ਹੋਇਆ ਚੱਕਰ ਕਦੇ ਉਹਦਾ ਫਿੱਕਾ ਨਹੀਂ ਹੋਵੇਗਾ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨਸੀਰਾਂ ਜੇ ਕਵੇਂ
ਤੇ ਕਮਰ ਕਸੇ ਦੀ ਕਟਾਰ ਕੱਢ ਕੇ ਇਹਨੂੰ ਮਾਰ ਦਈਏ। ਇਹਨੇ ਹੱਥ ਜੋੜੇ ਨਾ ਮਹਾਰਾਜ ਜੀ ਇਹ ਕੰਮ ਵੀ ਨਾ ਕਰਿਓ। ਸਾਹਿਬ ਜੀ ਕਹਿੰਦੇ ਨਸੀਰਾ ਫਿਰ ਦੱਸ ਇਹਨੂੰ ਤਲਵਾਰ ਨਾਲ ਮਾਰ ਦਈਏ। ਕਹਿੰਦੀ ਨਾ ਮਹਾਰਾਜ ਜੀ ਤੁਹਾਡੀ ਤਲਵਾਰ ਦਾ ਵਾਰ ਇੱਥੋਂ ਚੱਲਿਆ ਨਹੀਂ ਜਾਣਾ। ਸਤਿਗੁਰੂ ਸਾਹਿਬ ਜੀ ਨੇ ਬਚਨ ਵਰਤਿਆ ਕਹਿੰਦੇ ਨਸੀਰਾ ਜੇ ਕਵੇਂ ਤੇ ਕਮਾਣ ਦੀ ਤੰਦੀ ਤੇ ਚਾੜ ਕੇ ਤੀਰ ਇਹਦੀ ਹਿੱਕ ਦੇ ਵਿੱਚ ਦੀ ਪਾਰ ਕਰ ਦਈਏ। ਇਹਨੇ ਫਿਰ ਇੱਥੇ ਹੱਥ ਜੋੜੇ ਨਸੀਰਾ ਨੇ, ਕਹਿੰਦੀ ਮਹਾਰਾਜ ਤੁਸੀਂ ਤੀਰ ਅੰਦਾਜ਼ੀ ਦੇ ਏਡੇ ਪਲੇਰ ਤੁਹਾਡੇ ਹੱਥਾਂ ਦੇ ਵਿੱਚ ਫੜਿਆ ਹੋਵੇ ਕਮਾਣ, ਤੇ ਮਹਾਰਾਜ ਜੀ ਤੁਸੀਂ ਖਪਰਾ ਤੀਰ ਚਾੜਿਆ ਹੋਵੇ ਤੰਦੀ ਤੇ ਮਹਾਰਾਜ ਜੀ ਚਿੱਲਾ ਤੰਦੀ ਖਿੱਚੀ ਹੋਵੇ ਕੰਨ ਤੱਕ, ਆਪ ਜੀ ਦੇ ਹੱਥਾਂ ਤੋਂ ਛੋਟਾ ਤੀਰ ਕਦੇ ਖਾਲੀ ਨਹੀਂ ਜਾਂਦਾ। ਮਹਾਰਾਜ ਜੀ ਮੇਰੀ ਨਿਮਾਣੀ ਦਾ ਇੰਨਾ ਕੁ ਤਰਲਾ, ਮੇਰੇ ਵੀਰ ਨੂੰ ਤੀਰ ਜ਼ਰੂਰ ਮਾਰਿਓ ਪਰ ਮਹਾਰਾਜ ਜੀ ਭੱਥੇ ਵਾਲਾ ਕਾਨੀ ਵਾਲਾ ਤੀਰ ਨਾ ਮਾਰਿਓ, ਇਹਨੂੰ ਤੀਰ ਮਾਰਿਓ ਆਪਣੇ ਨੇਤਰਾਂ ਦਾ। ਸਾਹਿਬ ਜੀ ਨੇਤਰਾਂ ਦਾ ਤੀਰ ਇਹੋ ਜਿਹਾ ਮਾਰੋ ਇਹ ਅਹੰਕਾਰੀ ਸੈਦ ਖਾਨ ਪਠਾਨ ਮਹਾਰਾਜ ਜੀ ਤੁਹਾਡੇ ਚਰਨਾਂ ਦਾ ਸਦਾ ਵਾਸਤੇ ਭੌਰਾ ਬਣ ਜਾਵੇ। ਹੁਣ ਜਿਹੜੇ ਲਫਜ਼ਾਂ ਦੇ ਨਾਲ ਭੈਣ ਨਸੀਰਾਂ ਆਪਣੇ ਭਰਾ ਦੇ ਉਜਲੇ ਭਵਿੱਖ ਵਾਸਤੇ ਗੁਰਕਲਗੀਧਰ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰ ਰਹੀ ਆ, ਉਹਨਾਂ ਬੋਲਾਂ ਨੂੰ ਪ੍ਰੇਮ ਸਾਹਿਤ ਡਬਲ ਗੋਲਡ ਮੈਡਲਿਸਟ ਕਵੀਸ਼ਰ ਜਥੇ ਪਾਸੋਂ ਏਦਾਂ ਸੁਣ। ਦੋਵੇਂ ਹੱਥ ਬੰਨੇ ਯਾਰ ਜਾਂ ਗੁਜ਼ਾਰਦੀ ਮੰਨ ਲੈ ਪੁਕਾਰ ਦਾਤਿਆ, ਦਾਤਾ ਮਨ ਮੇਰੀ ਬਿਨੇ ਦੁੱਖ ਯਾਰਦੀ ਕਰੀ ਉਪਕਾਰ ਦਾਤਿਆ ਜੀ ਕਰੀ ਉਪਕਾਰ ਦਾਤਿਆ। ਸਹਿਬਾ ਵੀਰ ਮੇਰਾ ਹੰਗਤਾ ਨੇ ਖਾਲਿਆ ਤੋੜ ਹੰਕਾਰੀ ਤੀਰ ਨੂੰ, ਗੁਰ ਚਰਨੀ ਚ ਕਾਲੇ ਬਾਜਾਂ ਵਾਲਿਆ ਮੇਰੇ ਹੰਕਾਰੀ ਵੀਰ ਨੂੰ, ਵੀਰ ਨੂੰ ਤੂੰ ਮੇਰੇ ਹੰਕਾਰੀ ਵੀਰ ਨੂੰ। ਦੋਵੇਂ ਹੱਥ ਬੰਨੇ ਯਾਰ ਜਾਂ ਗੁਜ਼ਾਰਦੀ ਮੰਨ ਲੈ ਪੁਕਾਰ ਦਾਤਿਆ, ਦਾਤਾ ਮਨ ਮੇਰੀ ਬਿਨੇ ਦੁੱਖ ਯਾਰਦੀ ਕਰੀ ਉਪਕਾਰ ਦਾਤਿਆ ਜੀ ਕਰੀ ਉਪਕਾਰ ਦਾਤਿਆ। ਵੀਰ ਮੇਰਾ ਹੰਗਤਾ ਨੇ ਖਾਲਿਆ ਤੋੜ ਹੰਕਾਰੀ ਤੀਰ ਨੂੰ, ਗੁਰ ਚਰਨੀ ਚ ਕਾਲੇ ਬਾਜਾਂ ਵਾਲਿਆ ਮੇਰੇ ਹੰਕਾਰੀ ਵੀਰ ਨੂੰ, ਵੀਰ ਨੂੰ ਤੂੰ ਮੇਰੇ ਹੰਕਾਰੀ ਵੀਰ ਨੂੰ। ਮੇਰਾ ਕਰ ਦੇ ਮੇਰਾ ਦੇ ਅਸਾਈਆਂ, ਕਰ ਦੇ ਮੇਰਾ ਦੇ ਅਸਾਈਆਂ, ਮੇਰਾ ਕਰ ਦੇ ਮੇਰਾ ਦੇ ਅਸਾਈਆਂ ਤੇ ਮੇਰੇ ਦੀ ਨਜ਼ਰ ਕਰਕੇ ਤੇਰੇ ਚਰਨਾਂ 'ਚ ਅੱਖੀਆਂ ਵਛਾਈਆਂ, ਉਹ ਦਿਲ ਨਜ਼ਰਾਨਾ ਧਾਰ ਕੇ ਜੀ ਦਿਲ ਨਜ਼ਰਾਨਾ ਧਾਰ ਕੇ ਦੁਖੀ ਭਾਰਤ ਦਾ ਧਰਮ ਬਚਾ ਲਿਆ ਦੇ ਕੇ ਪਿਤਾ ਦੇ ਸਰੀਰ ਨੂੰ, ਗੁਰ ਚਰਨੀ ਚ ਕਾਲੇ ਬਾਜਾਂ ਵਾਲਿਆ ਮੇਰੇ ਹੰਕਾਰੀ ਵੀਰ ਨੂੰ, ਵੀਰ ਨੂੰ ਮੇਰੇ ਹੰਕਾਰੀ ਵੀਰ ਨੂੰ। ਹਾਂ ਤੇਰਾ ਕੰਮ ਭੁੱਲਿਆਂ ਨੂੰ ਰਾਹੇ ਪਾਉਣਾ ਤੇ ਪਾਲ ਦੇ ਧਰਮ ਦਾਤਿਆ, ਸਹਿਬਾ ਕਿਲਾ ਤੇ ਕਫੂਰ ਵਾਲਾ ਟਾਉਣਾ ਉਹ ਕਰਕੇ ਕਰਮ ਦਾਤਿਆ ਜੀ ਕਰਕੇ ਕਰਮ ਦਾਤਿਆ।
ਪੀਰ ਰੰਗ ਜੇਬ ਨੇ ਪਸਾ ਲਿਆ, ਵਿੱਚ ਬੈਠਾਈ ਜਮੀਰ ਨੂੰ ਗੁਰ ਚਰਨੀ ਚ ਕਾਲੇ ਬਾਜਾਂ ਵਾਲਿਆ, ਮੇਰੇ ਹੰਕਾਰੀ ਵੀਰ ਨੂੰ, ਵੀਰ ਨੂੰ, ਮੇਰੇ ਹੰਕਾਰੀ ਵੀਰ ਨੂੰ। ਹਾਂ ਦੁਖੀ ਆਤਮਾ ਨੂੰ ਹੋਰ ਨਹੀਂ ਸਹਾਰਾ, ਤੇ ਮਨ ਆ ਰਜੋਈ ਦਾਤਿਆ, ਸਾਡਾ ਤੇਰੇ ਤੋਂ ਬਗੈਰ ਨੀ ਗੁਜ਼ਾਰਾ, ਉਹ ਦੇਣੀਦਾਰ ਟੋਈ ਦਾਤਿਆ ਜੀ, ਦੇਣੀਦਾਰ ਟੋਈ ਦਾਤਿਆ। ਤੇਰਾ ਤੱਤੜੀ ਨੇ ਆਸਰਾ ਤਕਾ ਲਿਆ ਮੈਂ, ਤੇਰਾ ਤੱਤੜੀ ਨੇ ਆਸਰਾ ਤਕਾ ਲਿਆ, ਤੇ ਦਾਤਿਆ ਧਰਾ ਦੇ ਤੀਰ ਨੂੰ। ਹੋ ਤੇਰਾ ਤੱਤੜੀ ਨੇ ਆਸਰਾ ਤਕਾ ਲਿਆ, ਦਾਤਿਆ ਧਰਾ ਦੇ ਤੀਰ ਨੂੰ ਗੁਰ ਚਰਨੀ ਚ ਕਾਲੇ ਬਾਜਾਂ ਵਾਲਿਆ, ਮੇਰੇ ਹੰਕਾਰੀ ਵੀਰ ਨੂੰ, ਵੀਰ ਨੂੰ, ਤੂੰ ਮੇਰੇ ਹੰਕਾਰੀ ਵੀਰ ਨੂੰ। ਸ਼ਹਿਦ ਖਾਨ ਰੂਪ ਰਾਕਸ਼ ਦਾ ਧਾਰ ਕੇ ਤੇ ਆਉਣ ਲੱਗਾ, ਮਾਣ ਮੱਤਿਆ ਬਾਣ ਗੁਰੂ ਜੀ ਪ੍ਰੇਮ ਵਾਲ ਮਾਰ ਕੇ, ਹੈਂਕੜੀ ਦੀ ਕੱਢੋ ਸੱਤਿਆ ਜੀ, ਹੈਂਕੜੀ ਦੀ ਕੱਢੋ ਸੱਤਿਆ। ਮੱਕੇ ਵਾਲੀਆਂ ਦੇ ਮਨਾਂ ਨੂੰ ਕਮਾ ਲਿਆ, ਮੇਟ ਮੱਥੇ ਦੀ ਲਕੀਰ ਨੂੰ ਗੁਰ ਚਰਨੀ ਚ ਕਾਲੇ ਬਾਜਾਂ ਵਾਲਿਆ, ਮੇਰੇ ਹੰਕਾਰੀ ਵੀਰ ਨੂੰ, ਵੀਰ ਨੂੰ, ਤੂੰ ਮੇਰੇ ਹੰਕਾਰੀ ਵੀਰ ਨੂੰ। ਰਿਓ ਵਾਲ ਵਾਲੀਆਂ ਦੇ ਤੇ ਤੂੰ ਕੱਢਦਾ, ਤੇ ਇਹਦਾ ਵੀ ਤੂੰ ਵਾਲ ਕੱਢ ਦੇ, ਰਿਓ ਸਿਰ ਹੰਕਾਰੀਆਂ ਦੇ ਵੱਢਦਾ, ਹੋਮੇ ਦਾ ਬਿਰਸ਼ ਵੱਢ ਦੇ ਜੀ, ਹੋਮੇ ਦਾ ਬਿਰਸ਼ ਵੱਢ ਦੇ। ਜਗੀਰ ਨੂੰ ਭੁੱਲਾ ਜੋਗਾ ਜਿਵੇਂ ਗਾਲ ਨਾਲ ਲਾ ਲਿਆ, ਮਾਨ ਬਗਛੋ ਜਗੀਰ ਨੂੰ ਗੁਰ ਚਰਨੀ ਚ ਕਾਲੇ ਬਾਜਾਂ ਵਾਲਿਆ, ਮੇਰੇ ਹੰਕਾਰੀ ਵੀਰ ਨੂੰ, ਵੀਰ ਨੂੰ, ਤੂੰ ਮੇਰੇ ਹੰਕਾਰੀ ਵੀਰ ਨੂੰ। ਹਾਂ ਬੜਾ ਮਾਨ ਦਾ ਤਮਸਤਾ ਨੂੰ ਹੋ ਗਿਆ, ਮਾਨ ਦਾ ਤਮਸਤਾ ਨੂੰ ਹੋ ਗਿਆ, ਬੜਾ ਮਾਨ ਦਾ ਤਮਸਤਾ ਨੂੰ ਹੋ ਗਿਆ, ਤੇ ਰਹਿਣਾ ਜਰ ਨੈਲ ਕੋਈ ਨਾ, ਕਿਲੇ ਹੋਮੇ ਵਾਲੇ ਚੜ ਕੇ ਖਲੋ ਗਿਆ, ਇਹਨੂੰ ਕਿਤੇ ਮਿਲੂ ਟੋਈ ਨਾ ਜੀ, ਇਹਨੂੰ ਕਿਤੇ ਮਿਲੂ ਟੋਈ ਨਾ। ਜੋਗਾ ਜਿਵੇਂ ਗਾਲ ਨਾਲ ਲਾ ਲਿਆ, ਮਾਨ ਬਗਛੋ ਜਗੀਰ ਨੂੰ ਗੁਰ ਚਰਨੀ ਚ ਕਾਲੇ ਬਾਜਾਂ ਵਾਲਿਆ, ਮੇਰੇ ਹੰਕਾਰੀ ਵੀਰ ਨੂੰ, ਵੀਰ ਨੂੰ, ਤੂੰ ਮੇਰੇ ਹੰਕਾਰੀ ਵੀਰ ਨੂੰ। ਭੈਣ ਨਸੀਰਾਂ ਨੇ ਕੀਤੀ ਅਰਦਾਸ, ਅਰਦਾਸ ਕੀਤੀ ਧੰਨ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ, ਤੇ ਆਪਾਂ ਅਰਦਾਸ ਦੀ ਬਾਬਤ ਇੱਕ ਬਚਨ ਪੜ੍ਹਦੇ ਹਾਂ। ਬਿਰਥੀ ਕਦੇ ਨਾ ਹੋਵਈ, ਅਜੇ ਇੱਥੇ ਖਲੋ ਜਾਣਾ ਆ, ਇਦੋਂ ਗਾਹ ਨਹੀਂ, ਇੰਨਾ ਹੀ, ਬਿਰਥੀ ਕਦੇ ਨਾ ਹੋਵਈ। ਅੱਗੇ ਪੜ੍ਹਨਾ ਜਾ ਕੇ ਜਾਨਕੀ ਅਰਦਾਸ, ਪਰ ਉਦੋਂ ਪਹਿਲਾਂ ਇਹ ਆ ਵੀ ਪ੍ਰਵਾਨ ਹੁੰਦੀ ਕਿਹਦੀ ਆ, ਇਹ ਨਹੀਂ ਲਿਖਿਆ ਕਿ ਬਿਰਥੀ ਕਦੇ ਨਾ ਹੋਵਈ, ਕੈਨੇਡਾ ਵਾਲੇ ਦੀ ਅਰਦਾਸ, ਬਿਰਥੀ ਕਦੇ ਨਾ ਹੋਵਈ।
ਮਹਿਲਾ ਵਾਲੇ ਦੀ ਅਰਦਾਸ, ਬਿਰਥੀ ਕਦੇ ਨਾ ਹੋਵੇ ਮਾਇਆ ਵਾਲੇ ਦੀ ਅਰਦਾਸ। ਸਾਹਿਬ ਜੀ ਕਹਿੰਦੇ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਸਾਹਿਬ ਜੀ ਕਹਿੰਦੇ ਜਿਹੜਾ ਜਨ ਬਣ ਕੇ ਅਰਦਾਸ ਕਰੇ, ਅਰਦਾਸ ਨੂੰ ਭਾਗ ਲੱਗਾ। ਸਤਿਗੁਰੂ ਸਾਹਿਬ ਜੀ ਨੇ ਰਹਿਮਤਾਂ ਵਰਤਾਈਆਂ, ਅਰਦਾਸ ਨੂੰ ਭਾਗ ਲੱਗਾ। ਹੁਣ ਇਹ ਜਿਹੜਾ ਸੈਦ ਖਾਨ ਚੜ੍ਹ ਕੇ ਆਇਆ ਸੀ, ਸਾਹਮਣੇ ਆਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਰਨੈਲ ਆਇਆ ਸਿਆਦ ਬੇਗ। ਮੈਂ ਹੱਲੇ ਦੇ ਨਾਲ ਹੁਣ ਗੱਲਾਂ ਬਾਤਾਂ ਜੀ ਇਹਦਾ ਕਨਕਲੂਜ਼ਨ ਕੱਢ ਦਵਾਂ, ਕਿਉਂਕਿ ਸਮਾਂ ਤਕਰੀਬਨ ਸਮਾਪਤ। ਤੇ ਹੁਣ ਜਦੋਂ ਸਿਆਦ ਬੇਗ ਸਾਹਮਣੇ ਆਇਆ ਤੇ ਸੈਦ ਖਾਨ ਕਹਿੰਦਾ ਮੈਂ ਗੁਰੂ ਕਲਗੀਧਰ ਨੂੰ ਤਾਂ ਮੰਨਾਂ ਜੇ ਆਪ ਘੋੜਾ ਛੇੜ ਕੇ ਮੇਰੇ ਸਾਹਮਣੇ ਆਵੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਲਾਈ ਘੋੜੇ ਨੂੰ ਅੱਡੀ, ਕਿਉਂਕਿ ਜੈਸੀ ਭੂਖ ਤੈਸੀ ਕਾ ਪੂਰਕ ਸਗਲ ਘਟਾ ਕਾ ਸੁਆਮੀ। ਲਾਈ ਘੋੜੇ ਨੂੰ ਅੱਡੀ ਤੇ ਮਹਾਰਾਜ ਜੀ ਸਾਹਮਣੇ ਆਂਦੇ ਜਰਨੈਲ ਸੈਦ ਖਾਨਾ ਕਿੱਦਾਂ ਫਿਰ, ਕੀ ਆ ਤੇਰੇ ਅੰਦਰ ਦੀ ਚਾਹਨਾ? ਤੇ ਸੈਦ ਖਾਨ ਨੇ ਨੇਤਰ ਕਰੇ ਨੇ ਅਜੇ ਤੱਕ ਨੀਵੇਂ, ਸਤਿਗੁਰਾਂ ਤੇ ਵਾਰ ਕਰਨ ਲੱਗਾ ਤੇ ਕਮਾਨ ਤੀਰ ਚਾੜ ਕੇ ਜਦੋਂ ਲੱਗਾ ਵਾਰ ਕਰਨ ਨੇ ਨੇਤਰ ਤਾਂ ਨੂੰ ਕਰੇ ਤੇ ਸਾਵੇਂ ਗੁਰੂ ਕਲਗੀਧਰ ਦੇ ਦਦਾਰ ਹੋਏ। ਇਹਦੇ ਹੱਥੋਂ ਕਮਾਨ ਛੁੱਟੀ, ਇਹਦੇ ਹੱਥੋਂ ਤੀਰ ਛੁੱਟਾ, ਛੁੱਟਿਆ ਹੋਇਆ ਤੀਰ ਦੁਬਾਰਾ ਵਾਰ ਕਰਨ ਲੱਗਾ, ਇਹਨੇ ਤਲਵਾਰ ਫੜੀ ਸਤਿਗੁਰਾਂ ਤੇ ਵਾਰ ਕਰਨ ਲੱਗਾ ਤੇ ਨੇਤਰਾਂ ਦਾ ਵਾਰ ਝੱਲਿਆ ਨਾ ਗਿਆ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਨੇਤਰਾਂ ਦਾ ਜਲਵਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਅਮੇ ਦ੍ਰਿਸ਼ਟ ਸ਼ੁਭ ਕਰੈ ਹਰੇ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰ ਹੋਵੈ, ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖਤੋਵੈ, ਸੋ ਕਹੋ ਤਲ ਗੁਰ ਸੇਵੀਐ ਐਨਿਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਇਹ ਡਿੱਗਾ ਮਹਾਰਾਜ ਜੀ ਦੇ ਚਰਨਾਂ ਤੇ, ਮੱਥਾ ਲੱਗਾ ਸਤਿਗੁਰਾਂ ਦੇ ਚਰਨਾਂ ਨਾਲ ਤੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਬਚਨ, ਕਚਹੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹਾ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ, ਕਠ ਹੋ ਸ੍ਰੀ ਖੰਡ ਸਤਿਗੁਰ ਕੀਓ ਦੁੱਖ ਦਰਿਦਰ ਤਿਨਕੇ ਗਏ, ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪਰੇਤ ਸੁਰ ਨਰ ਪੈ। ਸੈਦ ਖਾਨ ਨੂੰ ਸੈਦੇ ਸ਼ਾਹ ਫਕੀਰ ਬਣਾ ਦਿੱਤਾ, ਸਤਿਗੁਰਾਂ ਦੇ ਚਰਨਾਂ ਦਾ ਭੌਰਾ ਬਣ ਗਿਆ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਗੁਰੂ ਕੀਆਂ ਸਿੱਖ ਸੰਗਤਾਂ ਦਾ ਧੰਨਵਾਦ, ਸਟੇਜ ਤੇ ਸਜੇ ਹੋਏ ਸਮੁੱਚੀਆਂ ਮਹਾਨ ਹਸਤੀਆਂ ਦਾ ਧੰਨਵਾਦ, ਬਾਬਾ ਜੀ ਬਾਬਾ ਹੀਰਾ ਸਿੰਘ ਜੀ ਗੁਰੂ ਘਰ ਝੂਲਣੇ ਮਹਿਲ ਵਾਲੇ, ਇਸੇ ਤਰ੍ਹਾਂ ਬਾਬਾ ਗੁਰਵਿੰਦਰ ਸਿੰਘ ਜੀ ਗੁਰਦੁਆਰਾ ਝੂਲਣੇ ਮਹਿਲ ਵਾਲੇ, ਸਭਨਾਂ ਦਾ ਵਿਸ਼ੇਸ਼ ਧੰਨਵਾਦ। ਸਤਿਗੁਰੂ ਸਾਹਿਬ ਜੀ ਰਹਿਮਤਾਂ ਵਰਤਾਉਣ, ਬਾਬਾ ਜੀ ਬਾਬਾ ਵੀਰ ਸਿੰਘ ਸਾਹਿਬ ਜੀ ਉਹਨਾਂ ਦਾ ਵਿਸ਼ੇਸ਼ ਧੰਨਵਾਦ। ਬੇਅੰਤ ਬੇਅੰਤ ਧੰਨਵਾਦ ਬਾਬਾ ਜੀ ਬਾਬਾ ਵੀਰ ਸਿੰਘ ਸਾਹਿਬ ਜੀ ਦਾ, ਮੌਜੂਦਾ ਜਥੇਦਾਰ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਰਹਿਮਤਾਂ ਵਰਤਾਉਣ। ਬੇਅੰਤ ਗੁਰੂ ਕੀਆਂ ਸਿੱਖ ਸੰਗਤਾਂ ਵੱਲੋਂ ਮਾਇਆ ਰੂਪ ਵਿੱਚ ਮਾਣ ਆਇਆ, ਸਭਨਾਂ ਦਾ ਧੰਨਵਾਦ। ਰੁਪਿੰਦਰ ਕੌਰ ਸੰਧੂ ਸਟੇਟ ਜੁਆਇੰਟ ਸੈਕਟਰੀ ਯੂਥ ਆਮ ਆਦਮੀ ਪਾਰਟੀ ਪੰਜਾਬ, ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਆਇਆ, ਹਾਜ਼ਰੀ ਲਵਾ ਕੇ ਗਏ ਨੇ। ਸਤਿਗੁਰੂ ਸਾਹਿਬ ਜੀ ਰਹਿਮਤਾਂ ਵਰਤਾਉਣ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਦਇਆ ਵਰਤਾਉਣ। ਸੁਰਿੰਦਰ ਸਿੰਘ ਜੀ ਸੈਕਟਰੀ ਸਾਹਿਬ ਉਹਨਾਂ ਦਾ ਵੀ ਬਹੁਤ ਧੰਨਵਾਦ, ਬਲਦੇਵ ਸਿੰਘ ਜੀ ਦਾ ਧੰਨਵਾਦ, ਸਾਡੇ ਪਿਆਰ ਵਾਲੇ ਵੀਰ ਨਿਸ਼ਾਨ ਸਿੰਘ ਜੀ ਮਰਗਿੰਦਪੁਰਾ,
ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਧੰਨਵਾਦ, ਸਾਡੇ ਵੀਰ ਗਿਆਨੀ ਸੁਖਪਾਲ ਸਿੰਘ ਜੀ ਠੱਟਾ ਉਹਨਾਂ ਦਾ ਵੀ ਵਿਸ਼ੇਸ਼ ਧੰਨਵਾਦ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ, ਬਾਬਾ ਤਰਸੇਮ ਸਿੰਘ ਜੀ ਦਾ ਧੰਨਵਾਦ, ਬਾਬਾ ਗੁਲਾਬ ਸਿੰਘ ਜੀ ਦਾ ਧੰਨਵਾਦ, ਸਭਨਾਂ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਹੁਤਾ ਧੰਨਵਾਦ, ਸਤਿਗੁਰੂ ਸਾਹਿਬ ਜੀ ਰਹਿਮਤਾਂ ਵਰਤਾਉਣ, ਸਾਊਂਡ ਵਾਲੇ ਵੀਰਾਂ ਦਾ ਧੰਨਵਾਦ, ਲਾਈਵ ਟੈਲੀਕਾਸਟ ਚੱਲ ਰਿਹਾ ਤਸਵੀਰ ਏ ਪੰਜਾਬ, ਪੰਜਾਬ ਸੈਵਨ, ਹੋਰ ਬੇਅੰਤ ਚੈਨਲਾਂ 'ਤੇ ਮਹਾਰਾਜ ਜੀ ਸਭਨਾਂ ਨੂੰ ਹੀ ਚੜ੍ਹਦੀਆਂ ਕਲਾ ਰਹਿਮਤਾਂ ਵਰਤਾਉਣ ਜੀਓ, ਇੰਨੀ ਕੁ ਹਾਜ਼ਰੀ ਪ੍ਰਵਾਨ। ਹਾਂਜੀ, ਤੇਜਾ ਸਿੰਘ ਵਾਲੇ ਤੋਂ ਬੈਠੇ ਨੇ ਵੀਰ ਜੀ, ਉਹਨਾਂ ਵੱਲੋਂ ਮਾਣ, ਜੀਓ ਵਾਲੇ ਦੀਆਂ ਫੌਜਾਂ ਵੱਲੋਂ ਮਾਣ, ਸਤਿਗੁਰੂ ਸਾਹਿਬ ਜੀ ਰਹਿਮਤਾਂ ਵਰਤਾਉਣ, ਗਲਤੀਆਂ ਭੁੱਲਾਂ ਦੀ ਖਿਮਾ, ਸਭਨਾਂ ਗੁਰੂ ਕੀਆਂ ਸਿੱਖ ਸੰਗਤਾਂ ਦਾ ਧੰਨਵਾਦ, ਵਿਸ਼ੇਸ਼ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ। ਤੁਹਾਡਾ ਆਪਣਾ ਜਥਾ ਜਦੋਂ ਜਿੱਥੇ ਯਾਦ ਕਰੋ, ਹਾਜ਼ਰ ਹੋਣ ਦਾ ਯਤਨ ਕਰਾਂਗੇ। ਦਾਸ ਡਬਲ ਗੋਲਡ ਮੈਡਲਿਸਟ ਗਿਆਨੀ ਗੁਰਕੀਰਤ ਸਿੰਘ MA ਸ੍ਰੀ ਤਰਨ ਤਾਰਨ ਸਾਹਿਬ, ਸਾਥੀ ਪੰਜਾਬ ਦੀਆਂ ਬੁਲੰਦ ਆਵਾਜ਼ਾਂ, ਪੰਜਾਬ ਦੀ ਕੋਇਲ ਹੀਰਾ ਸਿੰਘ ਪੰਨੂ, ਮੁਗਲ ਚੱਕ ਪੰਨੂਆਂ, ਆਵਾਜ਼ ਏ ਪੰਜਾਬ, ਜਤਿੰਦਰਜੀਤ ਸਿੰਘ ਪੰਛੀ ਢੱਡੇ, ਨਜ਼ਦੀਕ ਕੱਥੂ ਨੰਗਲ, ਬੈਠੋ ਸੱਜ ਕੇ ਫਤਿਹ ਬੜਾਓ ਗੱਜ ਕੇ, ਆਉਣ ਵਾਲੇ ਜਥੇ ਨੂੰ ਜੀਓ ਆਇਆ, ਆਖੋ ਜੀਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਇਹ ਸਨਵੀਰ ਗੁਰਕੀਰਤ ਸਿੰਘ ਜੀ MA ਉਹਨਾਂ ਦਾ ਕਵਿਸ਼ਰੀ ਜਥਾ।